ਵਾਹਿਗੁਰੂ ਜੀ ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਉੰਗਦ ਦੋਖ ਨੇਕੰਦਨ ਅਮਰਦਾਸ ਹੀਰਦੇਨਿਤ ਤਿਆਵਾਂ ਹੀਰ ਤੈ ਨਿਤ ਤਿਆਵਾਂ ਤੇਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰ ਗੋਵਿੰਦ ਸੋਬ ਮਤ ਪਰਕਾਰ ਸਕ ਸਿਹੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸਿਹੀ ਹਰ ਕਰੇ ਸ਼ੈ ਨ ਮਨਾਏ ਬਹੋਰੀ ਤੇਗ ਬਾਧਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿ ਗੁਰ ਪੁਨ ਪੁਨ ਸੀਸਾ ਮੰਦੋਂ ਮਾਰੇ ਬਾਰੇ ਜਗਤੀ ਸਾ ਜਿਸ ਮੈਂ ਅੰਮ੍ਰਿਤ ਗਿਆਨੁ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਤੁਮਰੇ ਬਚਨ ਸੁਨਨ ਅਬ ਲਖਾ ਵਦੀ ਮੋਹਿ ਮਨ ਜਿਉ ਤਰ ਸਾਖ ਕਰਣਾ ਕਰ ਜੋ ਸਭ ਬਿਰਤਾ ਤਾ ਕਹੋ ਆਪ ਜਿਉ ਮੁਝ ਹੋਏ ਸ਼ਾਂਤ ਤੁਮਰੇ ਬਚਨ ਸੁਨਨ ਅਬ ਲਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਪਰਮੇਸ਼ਰ ਰੂਪ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰਸਿਵਾਰੀ ਸਾਧ ਸੰਗਤ ਜੀਓ ਤਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮਹਾਨ ਬਖਸ਼ਿਸ਼ ਕੀਤੀ ਹੈ ਇਸ ਕਲਯੁਗ ਦੇ ਸਮੇਂ ਵਿੱਚ ਸਾਡੇ ਕਲਮਲ ਵਰਗੇ ਪਾਪਾਂ ਦੇ ਪਾਪੀਆਂ ਨੂੰ ਤਾਰਨ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਕਾਰ ਧਾਰਨ ਕੀਤਾ ਹੈ ਆਪ ਜੀ ਨੇ ਬਚਪਨ ਦੇ ਕੌਤਕ ਕਰਕੇ ਮਹਾਨ ਬਰਕਤਾਂ ਵਰਤਾਈਆਂ ਨੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਸ਼ੋਰ ਅਵਸਥਾ ਸਰੀਰ ਕਰਕੇ ਤੋ ਸਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਸਤਕਾਰਯੋਗ ਪਿਤਾ ਜੀ ਸੰਸਾਰਾਕਾਰ ਮਿਰਤੀ ਵਿੱਚ ਸੰਸਾਰਿਕ ਵਿਹਾਰਾਂ ਲਈ ਕੁਸ਼ਲ ਕਰਨ ਵਾਸਤੇ ਕੋਸ਼ਿਸ਼ਾਂ ਕਰਦੇ ਹਨ ਖੇਤੀ ਬੀਜਣ ਲਈ ਪ੍ਰੇਰਣਾ ਕੀਤੀ ਹੈ ਤੇ ਹਜੂਰ ਨੇ ਮਨ ਚ ਵਿਚਾਰ ਕੀਤਾ ਕਿ ਪਿਤਾ ਜੀ ਦੀ ਮਿਰਤੀ ਮਾਇਆ ਵਿੱਚ ਹੈ ਤੇ ਜੇ ਪਿਤਾ ਜੀ ਦੀ ਇੱਛਾ ਅਨੁਸਾਰ ਖੇਤੀ ਪਕਾ ਕੇ ਬੋਲ ਲਾ ਦਿੱਤਾ ਮਾਇਆ ਦੀ ਤ੍ਰਿਸ਼ਨਾ ਬਧੇਗੀ ਇਸ ਲਈ ਹਜੂਰ ਜੀ ਨੇ ਦਰਸਾਉਣਾ ਹੈ ਮਾਧੋ ਦੀ ਪ੍ਰਾਪਤੀ ਮਾਇਆ ਦੇ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਦਾ ਮਾਰਗ ਦਰਸਾਉਣਾ ਇਸ ਨੇ ਹਜੂਰ ਜੀ ਨੇ ਸੋਚਿਆ ਵੀ ਇਹ ਕਾਰਜ ਜਿਹੜਾ ਇਸ ਨੂੰ ਇੱਥੇ ਹੀ ਪੂਰਾ ਕਰ ਦਿੱਤਾ ਜਾਏ ਤਾਂ ਹਜੂਰ ਖੇਤੀ ਦੀ ਰਾਖੀ ਲਈ ਜਾਂਦੇ ਨੇ ਪਸ਼ੂ ਚਰਦੇ ਨੇ ਕਿਸੇ ਨੂੰ ਰੋਕਦੇ ਨਹੀਂ ਹਜ਼ੂਰ ਪਾਤਸ਼ਾਹ ਜੀ ਮਸਤ ਦਸ਼ਾ ਦੇ ਵਿੱਚ ਪਰਾ ਭਗਤਾਂ ਦੀ ਦਸ਼ਾ ਦੇ ਵਿੱਚ ਆਪ ਜੀ ਉਦਾਸ ਰਹਿਣ ਲੱਗ ਪੈ ਨੇ ਬਾਹਰ ਜਾ ਕਰਕੇ ਦਰਖਤਾਂ ਦੀ ਸ਼ਾਂਤ ਵਿੱਚ ਲੇਟ ਜਾਂਦੇ ਨੇ ਘਰ ਵਿੱਚ ਲੇਟਦੇ ਨੇ 2 ਦਿਨ 2 ਦਿਨ ਤੱਕ ਨਾ ਕੁਝ ਖਾਂਦੇ ਨਾ ਪੀਂਦੇ ਆਨੰਦ ਵਿੱਚ ਮਗਨ ਰਹਿੰਦੇ ਰਾਏ ਬੁਲਾਰ ਨੇ ਪਹਿਲੇ ਸਰਪ ਦੀ ਛਾਇਆ ਤੱਕੀ ਹੈ ਫਿਰ ਤੱਕਿਆ ਕਿ ਜਿਸ ਬ੍ਰਿਸ਼ ਦੀ ਛਾਂ ਵਿੱਚ ਗੁਰੂ ਪਾਤਸ਼ਾਹ ਜੀ ਬਰਾਜਮਾਨ ਨੇ ਉਸ ਬ੍ਰਿਸ਼ ਦੀ ਛਾਂ ਬਦਲੀ ਨਹੀਂ ਮਹਾਨ ਨਿਸ਼ਚਾ ਗੁਰੂ ਚਰਨਾਂ ਚ ਕਰਕੇ ਅਦਭ ਵਿੱਚ ਗੁਰੂ ਚਰਨਾਂ ਤੇ ਨਮਸਕਾਰ ਕਰਕੇ ਇਸ ਰੂਪ ਵਿੱਚ ਮਹਾਰਾਜ ਦੇ ਆਰਾਮ ਵਿੱਚ ਆਨੰਦ ਵਿੱਚ ਫਰਕ ਨਹੀਂ ਪਾਇਆ ਪ੍ਰਸੰਨ ਹੈ ਚਿੱਤ ਦੇ ਅੰਦਰ ਪਿਤਾ ਕਾਲੂ ਜੀ ਆਏ ਨੇ ਸਤਿਗੁਰਾਂ ਦੇ ਸੋਤੇ ਸੁਭਾ ਤਾਂ رائے ਬਲਾਰ ਨੇ ਪ੍ਰੇਰਣਾ ਕੀਤੀ ਤੂੰ ਵੱਡੇ ਭਾਗਾ ਵਾਲਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਏ ਖੁਦਾ ਦਾ ਰੂਪ ਨੇ ਤੇਰਾ ਕਠੋਰ ਸੁਭਾ ਹੈ। ਕਦੇ ਵੀ ਮਾੜਾ ਬਚਨ ਕਹੀਂ ਨਾ ਮੇਰਾ ਸਰੀਰ ਤੁਰਕੰਦ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੂੰ ਘਰ ਵਿੱਚ ਰੱਖ ਕਰਕੇ ਮੈਨੂੰ ਸੇਵਾ ਕਰਨੀ ਮੁਸ਼ਕਲ ਹੈ। ਇਸ ਵਾਸਤੇ ਮੈਂ ਸੁੰਦਰ ਬਸਤਰ ਸਵਾ ਦਿੰਨਾ ਹੈ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਪਹਿਰਾ ਦੇਣਾ ਇਹ ਮੇਰੀ ਸਾਰੀ ਨਗਰੀ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਸੁੱਖਾਂ ਵਿੱਚ ਵੱਸਦੀ ਹੈ ਇਹ ਮੇਰਾ ਰਾਜ ਭਾਗ ਗੁਰੂ ਨਾਨਕ ਦੀ ਨਦਰੇ ਰਹਿਮਤ ਦਾ ਸਦਕਾ ਹੈ ਜਿਹੜਾ ਵੀ ਪਦਾਰਥ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਚ ਲੱਗ ਜਾਏ ਮੈਂ ਸਫਲ ਸਮਝਦਾ ਇਸ ਤਰੀਕੇ ਦੇ ਸ਼ਰਧਾ ਦੇ ਬਚਨ ਕੀਤੇ ਹਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਵਿਰਾਗਮਈ ਦਸ਼ਾ ਦੇ ਵਿੱਚ ਹਨ ਮਾਤਾ ਜੀ ਬੜੇ ਪਿਆਰ ਕਰਦੇ ਨੇ ਕੋਸ਼ਿਸ਼ਾਂ ਕਰਦੇ ਨੇ ਭੋਜਨ ਸ਼ਕਾਉਣ ਦੀ ਪ੍ਰੇਰਣਾ ਕਰਦੇ ਹਨ ਕਿ ਤੁਸੀਂ ਕੁਝ ਵੀ ਨਾ ਕਰੋ ਪਰ ਤੁਸੀਂ ਆਪਣੇ ਬਾਲਕਾਂ ਦੇ ਵਿੱਚ ਆਪਣੇ ਹਮ ਉਮਰਾਂ ਦੇ ਵਿੱਚ ਬੈਠੋ ਉਠੋ ਦੁਨੀਆ ਸਾਨੂੰ ਇਸ ਪ੍ਰਕਾਰ ਕਈ ਪ੍ਰਕਾਰ ਦੇ ਮਿਹਣੇ ਮਾਰਦੀ ਹੈ ਤਾਂ ਮਾਤਾ ਜੀ ਨੇ ਪ੍ਰੇਰਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਗੁਰੂ ਪਾਤਸ਼ਾਹ ਮਹਾਰਾਜ ਬਿਰਤੀ ਅਰੂੜ ਆਨੰਦ ਵਿੱਚ ਮਗਨ ਨੇ ਹੁਣ ਜਿਸ ਮਿਲਨੇ ਲੋਕਾਂ ਨੇ ਮਹਿਤਾ ਕਾਲੂ ਜੀ ਨੇ ਉਹ ਕਿਹਾ ਇੱਕੋ ਇੱਕ ਤਰ੍ਹਾਂ ਪੁੱਤਰ ਹੈ ਤੂੰ ਮਾਇਆ ਦਾ ਲਾਲਚੀ ਹੈ ਮਾਇਆ ਪੁੱਤਰ ਦੇ ਇਲਾਜ ਤੇ ਲਾਦੇ ਬੱਚੇ ਦੀ ਤੂੰ ਤੋਂ ਇਸ ਪ੍ਰਕਾਰ ਸੋ ਦਵਾਈ ਬੂਟੀ ਕਰ ਮੱਚਾ ਰਾਜੀ ਹੋ ਜਾਏਗਾ ਬਥੇਰਾ ਧਨ ਕਮਾ ਲਊਗਾ ਤਾਂ ਆਪਣੇ ਛੋਟੇ ਭਰਾਤਾ ਲਾਲ ਚੰਦ ਲਾਲੂ ਜੀ ਨੂੰ ਭੇਜਿਆ ਵੈਦ ਨੂੰ ਬੁਲਾਉਣ ਲਈ ਵੈਦ ਆਇਆ ਹੈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਵਜ ਫੜੀ ਹੈ ਜਦੋਂ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਬਸਤਰ ਉਤਾਰ ਕੇ ਹਜੂਰ ਜੀ ਦੀ ਬਾਹ ਦੀ ਨਵਜ ਪਕੜੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦੇ ਹੱਥ ਵਿੱਚੋਂ ਆਪਣਾ ਹੱਥ ਖਿੱਚ ਲਿਆ ਹੈ ਨੇਤਰ ਖੋਲ ਕਰਕੇ ਵੈਦ ਦੇ ਮੁਖ ਵੱਲ ਤੱਕਿਆ ਉੱਠ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਬੈਠ ਗਏ ਹਨ ਵੈਦ ਨੂੰ ਪੁੱਛਦੇ ਨੇ ਤੂੰ ਕੀ ਕਰਦਾ ਸਾਡੀ ਬਾਹ ਪਕੜ ਕੇ ਉਨ ਨੇ ਦੱਸਿਆ ਕਿ ਮੈਂ ਵੈਦ ਹਾਂ ਮੈਂ ਤੁਹਾਡੇ ਸਰੀਰ ਦੀ ਨਬਜ ਪਛਾਣ ਕੇ ਜੋ ਵੀ ਸਰੀਰ ਵਿੱਚ ਰੋਗ ਦਾ ਨਿਦਾਨ ਹੈ ਮੂਲ ਕਾਰਨ ਹੈ ਉਸ ਨੂੰ ਸਮਝ ਕੇ ਮੈਂ ਉਸ ਦੀ ਦਵਾਈ ਦੇਵਾਂਗਾ ਪਰ ਇਹ ਜਿ ਰੱਖ ਕੇ ਦਵਾਈ ਖਾਓ ਤੁਸੀਂ ਰਾਜੀ ਹੋ ਜਾਓਗੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਆਪ ਰੋਗੀ ਹੋਵੇ ਕਿਸ ਦਾ ਇਲਾਜ ਕੀ ਕਰੂ ਇਸ ਵਾਸਤੇ ਵੈਦ ਜੀ ਤੁਹਾਨੂੰ ਪਤਾ ਕਿ ਤੁਹਾਨੂੰ ਰੋਗ ਕਿਹੜਾ ਤੁਸੀਂ ਆਪ ਰੋਗੀ ਹੋ ਹਰਾਨ ਹੋ ਗਿਆ ਬਚਨ ਸੁਣ ਕੇ ਸਹਿਬ ਗੁਰੂ ਨਾਨਕ ਦੀ ਉਸਤਤੀ ਇਹ ਸੁਣ ਚੁੱਕਾ ਸੀ ਕਿਉਂਕਿ ਸੋ ਮਹਾਰਾਜ ਦੇ ਇਸ ਪ੍ਰਕਾਰ ਪੁရောਹਤ ਨੂੰ ਗੁਰੂ ਪਾਤਸ਼ਾਹੀ ਜੀ ਨੇ ਜੋ ਬਖਸ਼ਿਸ਼ ਕੀਤੀ ਇਹ ਵੀ ਸਾਰੇ ਨਗਰ 'ਚ ਚਰਚਾ ਸੀ ਹਰਦਿਆਲ ਪੁရောਹਤ ਤੇ ਬਖਸ਼ਿਸ਼ਾਂ ਕੀਤੀਆਂ ਬ੍ਰਹਮ ਗਿਆਨ ਨ ਬਖਸ਼ਿਆ ਗੋਪਾਲ ਪਾਂਦੇ ਤੇ ਬਖਸ਼ਿਸ਼ ਕੀਤੀ ਕਾਜੀ ਨੂਰਦੂਨ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ ਕਰਕੇ ਨਿਹਾਲ ਕੀਤਾ ਇਹ ਸੋਭਾ ਸੁਣ ਚੁੱਕਾ ਸੀ ਹੁਣੇ ਮਨ ਵਿੱਚ ਸੋਚਦਾ ਹੈ ਕਿ ਮੈਂ ਸੋਭਾ ਤਾਂ ਬੜੀ ਇਸ ਬਾਲਕ ਦੀ ਸੁਣੀ ਸੀ ਅੱਜ ਅੱਖਾਂ ਨਾਲ ਵੇਖ ਰਿਹਾ ਹਾਂ ਸ਼ਰਧਾ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਧੁਰ ਕੀ ਬਾਣੀ ਦਾ ਸ਼ਬਦ ਉਚਾਰਨ ਕੀਤਾ ਹੈ ਮੈਦ ਬਾਦ ਸਵੈਦ ਪਹਿਲਾ ਰੋਗ ਪੁਛਾਂ ਤੋ ਇਸ ਦੀ ਕਹੇ ਨਾਲ ਮੈਦ ਬੁਲਾਇਆ ਮੈਦ ਗੀ ਪਗੜ ਢੋਲੇ ਬਾਹਾਂ ਭੋਲਾ ਵੈਦ ਨ ਜਾਣੀ ਕਰ ਕਰੇ ਜੇ ਮਾਏ ਭੋਲੇ ਵੈਦ ਤੇਰੇ ਆਪਣੇ ਹਿਰਦੇ ਵਿੱਚ ਹਉਮੈ ਦੀ ਕਰਕ ਲੱਗੀ ਹੋਈ ਹੈ ਤੈਨੂੰ ਪਤਾ ਹੀ ਨਹੀਂ ਕਿ ਤੂੰ ਆਪ ਰੋਗੀ ਹੈ ਗੁਰੂ ਪਾਤਸ਼ਾਹ ਜੀ ਨੇ ਜਦੋਂ ਐਸੀ ਪ੍ਰੇਰਣਾ ਕੀਤੀ ਇਹਨੂੰ ਸਮਝਾਇਆ ਹਮੈ ਦਾ ਰੋਗ ਲੱਗਾ ਹੋਇਆ ਬੈ ਜੀ ਤੁਹਾਨੂੰ ਇਸ ਲਈ ਜਨਮ ਮਰਨ ਦੇ ਦੁੱਖ ਵਿੱਚ ਪਏ ਹੋਇਓ ਇਸ ਤੋਂ ਸੁਤੰਤਰ ਹੋਣ ਦੀ ਦਵਾਈ ਕਰਵੇ ਇਸ ਨੇ ਇਸ ਪ੍ਰਕਾਰ ਗੁਰੂ ਦੇ ਬਚਨ ਸੁਣੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਬਚਨ ਕੀਤਾ ਕਿ ਦੇਖੋ ਤੁਹਾਨੂੰ ਅਸੀਂ ਰੋਗ ਦੱਸਦੇ ਹਾਂ ਤੇ ਉਹਦੀ ਦਵਾਈ ਦੱਸਦੇ ਹਾਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈ ਦਬੈਠਾ ਗੁਰੂ ਨਾਨਕ ਪਾਤਸ਼ਾਹ ਜੀ ਰੋਗਾਂ ਦੇ ਰੂਪ ਵਿੱਚ ਅਲੰਕਾਰ ਬਣਾ ਕਰਕੇ ਉਸ ਦੀ ਦਵਾਈ ਕਰਕੇ ਮੁਕਤੀ ਦੀ ਪ੍ਰਾਪਤੀ ਦਾ ਯਤਨ ਵੈਦ ਦੀ ਵੈਦਗੀ ਦੇ ਤਰੀਕੇ ਨਾਲ ਹਜੂਰ ਬਖਸ਼ਿਸ਼ ਕਰ ਰਹੇ ਨੇ ਸੋ ਆਹੋ ਪਿਆਰਪੂਰਵਕ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮਹਾਨ ਅਮੋਲਕ ਪਵਿੱਤਰ ਬਚਨ ਵੈਦ ਜੀ ਦਾ ਉਦਾਹਰਨ ਕਰਨ ਹਿਤ ਸਾਡੇ ਸਭ ਦਾ ਦੇ ਪਰਥਾਏ ਬਚਨ ਹਨ ਪਿਆਰਪੂਰਵਕ ਸਰਵਣ ਕਰੀਏ ਗੁਰਚਾਨਾ ਵਿੱਚ ਮਨ ਜੋੜੀਏ ਮੁੱਖ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਮਰੇ ਬਚਨ ਸੁਨਣ ਅਭਾਖੇ ਅਪਲਖ ਕਹਿਣ ਲੱਗਾ ਮਹਾਰਾਜ ਤੁਹਾਡੇ ਬਚਨ ਸੁਣਨ ਦੀ ਮੇਰੇ ਮਨ ਵਿੱਚ ਅਭਲਾਸ਼ਾ ਇੱਛਾ ਹੈ ਜੀ ਕਿਰਪਾ ਕਰੋ ਸੁੰਦਰ ਬਚਨ ਸਮਝਾਓ ਮੈਨੂੰ ਵਦੀ ਮੋਹੇ ਮਨ ਜੋ ਤਰ ਸਾਖਾ ਹੁਣ ਮੇਰੇ ਮਨ ਦੀ ਇਹ ਅਭਲਾਸ਼ਾ ਇੱਛਾ ਜਿਹੜੀ ਹੈ ਤੁਹਾਡੇ ਬਚਨ ਸੁਣਨ ਦੀ ਇਸ ਤਰੀਕੇ ਨਾਲ ਵਧੀ ਹੈ ਜਿਸ ਤਰ੍ਹਾਂ درخت ਦੀਆਂ ਸੋਹਣੀਆਂ ਨਵੀਆਂ-ਨਵੀਆਂ ਸਾਖਾ ਫੁੱਟਦੀਆਂ ਹਨ ਕਰਨਾ ਕਰ ਜੋ ਸਭਿਰ ਤੰਤ ਕਿਰਪਾ ਕਰੋ ਇਹ ਜਿਹੜਾ ਸਾਰਾ ਪ੍ਰਸੰਗ ਹੈ ਜੀ ਕਹੋ ਆਪ ਜਿਉ ਮੁਝ ਹੋਏ ਸ਼ਾਂਤਾ ਕਹੋ ਸੱਚੇ ਪਾਸ਼ਾ ਆਪ ਜੀ ਕਹੋ ਸੁਣ ਕੇ ਜਿਸ ਤਰ੍ਹਾਂ ਮੇਰੇ ਮਨ ਨੂੰ ਸ਼ਾਂਤੀ ਮਿਲ ਜਾਵੇ ਜੀ ਕਮਲ ਬਦਨ ਕਰਨਾ ਗੁਣ ਮੰਦਰ ਧਨ ਕਮਲ ਸ੍ਰੀਖੇ ਮੁਖ ਵਾਲੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਲਓ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਬੋਲਦੇ ਹਨ ਬੋਲੇ ਬਚਨ ਮ੍ਰਦਲ ਬਰ ਸੁੰਦਰ ਬਰ ਬੜੇ ਸ੍ਰੇਸ਼ਟ ਸੁੰਦਰ ਬਚਨ ਮੁਖ ਤੋਂ ਬੋਲੇ ਹਨ ਜੀ ਤਨ ਹਉਮੈ ਮਮਤਾ ਜੋ ਕਨੇਰੀ ਮਹਾਰਾਜ ਕਹਿੰਦੇ ਦੇਖੋ ਜਿਹੜਾ ਸਾਡਾ ਇਹ ਸਰੀਰ ਹੈ ਇਹਦੇ ਵਿੱਚ ਤਨ ਦੇ ਵਿੱਚ ਇੱਕ ਹਉਮੈ ਹੈ ਤੇ ਇੱਕ ਮਮਤਾ ਹੈ ਹੰਕਾਰ ਤੇ ਮੋਹ ਇਹ ਦੋ ਜੋ ਬਹੁਤ ਸਾਡੇ ਮਨਾਂ 'ਚ ਲੱਗੇ ਹੋਏ ਨੇ ਸਭ ਵਿਆਦਨ ਕੀ ਮੂਲ ਵਡੇਰੀ ਸਾਰੀਆਂ ਵਿਆਧੀਆਂ ਸਾਰੇ ਰੋਗਾਂ ਦਾ ਮੁੱਢ ਇਹ ਹੈ ਸੋ ਹੰਕਾਰ ਤੇ ਮੋਹ ਸਾਡੇ ਸਰੀਰ ਵਿੱਚ ਹੈ ਸਾਰੇ ਹੀ ਵਿਆਦ ਰੋਗਾਂ ਦਾ ਇਹ ਮੂਲ ਜਾਣ ਲੈ ਬੈਦ ਜੀ ਆਤਮ ਤੰਤ ਤੇ ਲਖੀਏ ਨਿਆਰੂ ਪਰ ਦੇਖੋ ਇਹ ਹੈ ਸਰੀਰ ਦੀ ਗੱਲ ਪਰ ਇਸ ਸਰੀਰ ਦੇ ਵਿੱਚ ਜਿਹੜਾ ਆਤਮਾ ਹੈ ਉਹ ਇਸ ਤੋਂ ਅਲੱਗ ਹੈ। ਸਰੀਰ ਅਲੱਗ ਹੈ, ਆਤਮਾ ਅਲੱਗ ਹੈ। ਸਰੀਰ ਤਾਂ ਇਉਂ ਹੈ ਜਿਸ ਤਰ੍ਹਾਂ ਇੱਕ ਗੱਡੀ ਹੈ। ਆਤਮਾ ਹੈ ਜਿਵੇਂ ਡਰਾਈਵਰ ਹੈ। ਸੋ ਇਹ ਆਤਮਾ ਹੀ ਸਾਰੇ ਸਰੀਰ ਨੂੰ ਚਲਾ ਰਹੀ ਹੈ। ਚੇਤਨ ਜੜ ਨੀਕੇ ਨਿਰਧਾਰੂ। ਦੇਖੋ ਹੁਣ ਇਹ ਸਰੀਰ ਜੜ ਹੈ, ਆਤਮਾ ਚੇਤਨ ਹੈ। ਇਸ ਵਾਸਤੇ ਸੋ ਚੰਗੇ ਤਰੀਕੇ ਦੇ ਨਾਲ ਇਹ ਜੜ ਤੇ ਚੇਤਨ ਸਰੀਰ ਤੇ ਆਤਮਾ ਜਿਹੜਾ ਇਸ ਦਾ ਨਿਰਣਾ ਕਰੋ ਸਮਝੋ ਨਿਰਵਿਕਾਰ ਪੁਨ ਜਾਣ ਅਸੰਗ ਹੁਣ ਜੋ ਆਤਮਾ ਹੈ ਉਹ ਨਿਰਵਿਕਾਰ ਉਹ ਚੇ ਵਿਕਾਰ ਕੋਈ ਅਸੰਗ ਉਹ ਨਰਲੇਪ ਹੈ ਭ੍ਰਮ ਭੰਗ ਹੋ ਤਬ ਹੈ ਇਹ ਭੰਗਾ ਜੇ ਤੁਸੀਂ ਭ੍ਰਮ ਨੂੰ ਨਾਸ ਕਰੋਗੇ ਤਾਂ ਹੀ ਇਹ ਨਾਸ ਹੋਏਗਾ ਜਿਹੜਾ ਵਿੱਚ ਫਰਕ ਹੈ ਸਾਡੇ ਮਨਾਂ ਚ ਪਰ ਗੁਣ ਪਰ ਧਨ ਪਰਨ ਪ੍ਰਸੰਸਾ ਦੇਖੋ ਪਰਾਏ ਦਾ ਧਨ ਪਰਾਏ ਦੇ ਗੁਣ ਦੂਸਰੇ ਦੀ ਉਪਮਾ ਜੋ ਹੁੰਦੀ ਹੈ ਜਰ ਨਾ ਇਹੋ ਜੁਰ ਲਖੋ ਨ ਸੰਸਾਰ ਜਦੋਂ ਇਹ ਸਾਡਾ ਕਿਸੇ ਦੀ ਇਹ ਗੁਣ ਕਿਸੇ ਦੀ ਸ਼ੋਭਾ ਸੁਣ ਕਰਕੇ ਸੋ ਇਸ ਪ੍ਰਕਾਰ ਸੋ ਅਸੀਂ ਜਰ ਨਹੀਂ ਸਕਦੇ ਸੋ ਇਸ ਪ੍ਰਕਾਰ ਇਹ ਸਮਝੋ ਇਹ ਜੋ ਮਨ ਨੂੰ ਸੋ ਤਪਸ਼ ਹੁੰਦੀ ਆ ਇਹ ਕਿਸੇ ਦੇ ਸ਼ੁਭ ਗੁਣ ਸੁਣ ਕੇ ਇਹ ਤਾਪ ਚੜਿਆ ਹੋਇਆ ਸਭ ਦੇਤਾ ਇਹ ਬੁਖਾਰ ਹੈ ਇਸ ਵਾਸਤੇ ਸੋ ਹੇ ਵੈਦ ਜੀ ਇਸ ਚੀਜ਼ ਦਾ ਨਿਰਣਾ ਕਰੋ ਸਭ ਜੀਵਨ ਸੋ ਮੈਤਰੀ ਕਰਨੀ ਹੁਣ ਏਸ ਦੀ ਦਵਾਈ ਕੀ ਹੈ ਕਿ ਸਾਰੇ ਜੀਵਾਂ ਦੇ ਨਾਲ ਮਿੱਤਰਤਾ ਰੱਖਣੀ ਹਰੇਕ ਨੂੰ ਆਪਣਾ ਮਿੱਤਰ ਸਮਝਣਾ ਹੈ ਤਿਹ ਕੋ ਇਹ ਔਖਦ ਬਰ ਹਰਨੀ ਤਾਂ ਏਸ ਬੁਖਾਰ ਨੂੰ ਦੂਰ ਕਰਨ ਵਾਸਤੇ ਸੋ ਕਹਿੰਦੇ ਇਹ ਦਵਾਈ ਸੁੰਦਰ ਹੈ ਜਿਉ ਮਿੱਤਰਨ ਸੁਖ ਲਖ ਕਰ ਸੁਖੀਆ ਚਾਹੀਦਾ ਹੈ ਇਹ ਮੈਤਰੇ ਗੁਣ ਹੈ ਜਿਸ ਤਰ੍ਹਾਂ ਮਿੱਤਰਾਂ ਨੂੰ ਸੁਖੀ ਦੇਖ ਕਰਕੇ ਸੋ ਮਿੱਤਰ ਖੁਸ਼ ਹੁੰਦਾ ਹੈ ਤੈਸੀ ਬ੍ਰਤ ਸਭਨ ਸੋ ਰੱਖੀਆ ਇਸ ਵਾਸਤੇ ਆਪਣੀ ਮਿਰਤੀ ਸਾਰਿਆਂ ਨਾਲ ਇੱਕੋ ਜੀ ਰੱਖਣੀ ਹੈ ਕਿਸੇ ਦੇ ਵਿੱਚ ਦੁੱਖ ਦ੍ਰਿਸ਼ਟੀ ਨਹੀਂ ਕਰਨੀ ਕਿਸੇ ਦੇ ਕਿਸੇ ਦੇ ਸੁਖ ਨੂੰ ਦੇਖ ਕੇ ਦੁਖੀ ਨਹੀਂ ਹੋਣਾ ਮਾਲਕੇ ਜੇ ਵਾਹਿਗੁਰੂ ਜੀ ਨੇ ਦੂਸਰੇ ਤੇ ਕਿਰਪਾ ਕੀਤੀ ਹੈ ਕੋਈ ਤਾਂ ਉਸ ਨੂੰ ਸੁਣ ਕੇ ਤੇ ਵੇਖ ਕੇ ਖੁਸ਼ ਹੋਣਾ ਕਿ ਮਾਲਕ ਜੀ ਸ਼ੁਕਰ ਹੈ ਕਿ ਤੁਸਾਂ ਇਹ ਬਰਕਤਾਂ ਬਖਸ਼ਿਸ਼ ਕੀਤੀਆਂ ਨੇ ਸਾਡੇ ਤੇ ਵੀ ਮਿਹਰ ਕਰੋ ਨਿਜ ਗੁਣ ਧਨ ਨਿਜ ਜਸ ਬਿਸਤੀਰਨ ਜਿਹੜਾ ਆਪਣੇ ਗੁਣ ਆਪਣਾ ਧਨ ਆਪਣਾ ਜਸ ਇਹਦੀਆਂ ਵਡਿਆਈਆਂ ਜੋ ਦੂਜਿਆਂ ਨੂੰ ਸੁਣਾਉਣੀਆਂ ਨੇ ਕਰਤਮਾਨ ਇਹ ਹੈ ਵੱਡ ਜੀਰਣ ਇਹ ਜਿਹੜਾ ਮਾਨ ਕਰਨਾ ਇਹਨਾਂ ਚੀਂ ਜਾਂਦਾ ਕਹਿੰਦੇ ਇਹ ਜੀਰਣ ਰੋਗ ਹੈ ਜੀਰਣ ਕਹਿੰਦਾ ਹੈ ਜਿਹੜਾ ਇਸ ਪ੍ਰਕਾਰ ਪ੍ਰਾਣਾ ਰੋਗ ਪੇਟ ਦੀ ਖਰਾਬੀ ਜਿਹਨੂੰ ਕਹਿੰਦੇ ਹਨ ਲਖਕਾਰ ਸਭ ਹਰ ਕੀ ਵਡਿਆਈ ਭਾਈ ਇਹ ਸਾਰੀ ਪਰਮੇਸ਼ਵਰ ਦੀ ਵਡਿਆਈ ਜਾਣਣੀ ਹੈ ਸੋ ਇਸ ਪ੍ਰਕਾਰ ਸੋ ਅਜੀਰਣ ਅਣਪਚੀ ਕਹਿੰਦਾ ਕੋਈ ਕੁਝ ਵੀ ਖਾਣਾ ਤੇ ਪਚਣਾ ਨਾ ਕਹਿੰਦੇ ਇਹ ਜਿਹੜਾ ਹੈ ਇਹ ਐਸਾ ਰੋਗ ਹੈ ਆਪਣੀ ਹੀ ਸੋਭਾ ਸੋ ਇਹ ਜਣੀ ਸੁਣੀ ਜਾਣੀ ਤੇ ਖੁਸ਼ ਹੋਣਾ ਕਹਿੰਦੇ ਇਸ ਅਜੀਰਣ ਨੂੰ ਜਿਹੜਾ ਹੈ ਇਸ ਪ੍ਰਕਾਰ ਦੂਰ ਕਰਨਾ ਹੈ ਰਿਦੇ ਗਰੀਬੀ ਚੂਰਨ ਖਾਈ ਤੇ ਚੂਰਨ ਖਾਈਏ ਤੇ ਪੇਟ ਦਾ ਰੋਗ ਦੂਰ ਹੁੰਦਾ ਜੋ ਹਿਰਦੇ ਵਿੱਚ ਗਰੀਬੀ ਧਾਰ ਲੈਣੀ ਨਿਮਰਤਾ ਧਾਰ ਲੈਣੀ ਬਸ ਇਸ ਦਾ ਇਹੀ ਇਲਾਜ ਹੈ ਫਿਰ ਇਹ ਰੋਗ ਨਹੀਂ ਹੋਏਗਾ ਹਰ ਸਿਮਰਨ ਰੁੱਚ ਸੌ ਲਿਵ ਲਾਗੀ ਜਿਹੜਾ ਹਰੀ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਵਿੱਚ ਪ੍ਰੇਮ ਸਹਿਤ ਰੁਚੀ ਲੱਗ ਗਈ ਹੈ ਪ੍ਰੇਤ ਲੱਗ ਗਈ ਹੈ ਜਦੋਂ ਸਿਮਰਨ ਵਿੱਚ ਤਾਂ ਲਖ ਹੈ ਅਰਜ ਇਹ ਭੂਖ ਸੋ ਜਾਗੀ ਇਹ ਸਮਝ ਲਓ ਸਾਚੇ ਨਾਮ ਕੀ ਲੱਗ ਹੈ ਭੂਖ ਜਦੋਂ ਇਉਂ ਨਾਮ ਦੀ ਭੁੱਖ ਲੱਗਣ ਲੱਗ ਪਏ ਨਿਤਨੇਮ ਕਰਨ ਉਚਿਤ ਕਰਨ ਲੱਗ ਪਏ ਸਮਝੋ ਪਈ ਹੁਣ ਇਸ ਰੋਗ ਦਾ ਇਲਾਜ ਹੋ ਗਿਆ ਅਰੁਜ ਰੋਗ ਤਾਂ ਰਹਿਤ ਹੋ ਗਿਆ ਸਮਝੋ ਵਿਸ਼ੇ ਬਾਸਨਾ ਤ੍ਰਿਸ਼ਨਾ ਖਾਂਸੀ ਸੋ ਕਹਿੰਦੇ ਨੇ ਭਾਈ ਵਿਸ਼ਿਆਂ ਦੀ ਬਾਸ਼ਨਾ ਤੇ ਤ੍ਰਿਸ਼ਨਾ ਜਿਹੜੀ ਹੈ ਇਸ ਪ੍ਰਕਾਰ ਇਹ ਜਿਹੜੀ ਸਮਝੋ ਖਾਂਸੀ ਰੋਗ ਹੋਇਆ ਹੈ ਜੀਵ ਨੂੰ ਦਿਨ ਪ੍ਰਤ ਵਰਦਤ ਕਬ ਨਾ ਬਿਨਾਸੀ ਇਹ ਦਿਨ ਪ੍ਰਤੀ ਦਿਨ ਇਹ ਰੋਗ ਵੱਧਦਾ ਹੀ ਹੈ ਵਿਸ਼ਿਆਂ ਦੀ ਬਾਸ਼ਨਾ ਹੈ ਤ੍ਰਿਸ਼ਨਾ ਹੈ ਇਸ ਆਸਾ ਮਨ ਦੀਆਂ ਇਹ ਵੱਧਦੀਆਂ ਰਹਿੰਦੀਆਂ ਨੇ ਇਸ ਪ੍ਰਕਾਰ ਇਹ ਨਿਤ ਜਿਵੇਂ ਖਾਂਸੀ ਦਾ ਰੋਗ ਵੱਧਦਾ ਹੀ ਰਹਿੰਦਾ ਹੈ ਮਿਥਿਆ ਸਭ ਹੈ ਪਦਾਰਥ ਜਾਨੀ ਜਦੋਂ ਇਹ ਸੰਸਾਰ ਦੇ ਸਾਰੇ ਪਦਾਰਥ ਮਿੱਥਿਆ ਨਿਸ਼ਚੈ ਕਰ ਲੈ ਵੀ ਨਾਲ ਜਾਣ ਵਾਲਾ ਕੁਛ ਨਹੀਂ ਇਹ ਸਿਰਫ ਇੱਕ ਸਰੀਰ ਦਾ ਨਿਰਭਾਅ ਹੈ ਇਉਂ ਜਦੋਂ ਜਾਣ ਲਿਆ ਇਹ ਚਟਨੀ ਤਿਹ ਕਰ ਹੀ ਹਾਨੀ ਇਹ ਚਟਨੀ ਜੜੀ ਹੈ ਜਿਹੜਾ ਇਸ ਨੂੰ ਧਾਰਨ ਕਰ ਲਵੇ ਉਹ ਫਿਰ ਇਸ ਨੂੰ ਖਾਂਸੀ ਨੂੰ ਇਹ ਆਸਾ ਵਾਸ਼ਨਾ ਤ੍ਰਿਸ਼ਨਾ ਇਹਨਾਂ ਨੂੰ ਫਿਰ ਦੂਰ ਕਰ ਦਿੰਦਾ ਹੈ ਕਾਮ ਕ੍ਰੋਧ ਅਰ ਮੋਹ ਤਰ ਦੁਖ ਏ ਕਾਮ ਕਰੋਧ ਲੋਭ ਮੋ ਅਹੰਕਾਰ ਕਹਿੰਦੇ ਇਹ ਤਰ ਦੁਖ ਰੋਗ ਹੈ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਤਰ ਦੁਖ ਰੋਗ ਹੁੰਦਾ ਹੈ ਵੈਦਿਕ ਦੇ ਅੰਦਰ ਜਿਸ ਤਰ੍ਹਾਂ ਵਾਏ ਪੇਤ ਤੇ ਕਫ ਇਹਨਾਂ ਤੋਂ ਰੋਗ ਸਰੀਰ 'ਚ ਪੈਦਾ ਹੁੰਦੇ ਨੇ ਕਿਸੇ ਸਰੀਰ ਵਿੱਚ ਗੈਸ ਜ਼ਿਆਦਾ ਬਣਦੀ ਹੈ ਇਹਨੂੰ ਕਹਿੰਦਾ ਵਾਏ ਕਿਸੇ ਸਰੀਰ ਵਿੱਚ ਜਿਗਰ 'ਚ ਗਰਮੀ ਪਿੱਤੇ 'ਚ ਗਰਮੀ ਵੱਧ ਜਾਂਦੀ ਹੈ ਉਸ ਨੂੰ ਪਿੱਤ ਕਹਿੰਦੇ ਹੈ ਕਿਸੇ ਸਰੀਰ ਵਿੱਚ ਬਲਗਮ ਬਹੁਤੀ ਬਣ ਲੱਗ ਪੈਂਦੀ ਉਹਨੂੰ ਕਹਿੰਦਾ ਭਾਈ ਸੋ ਕਫ ਰੋਗ ਇਹ ਜੇ ਤਾਂ ਇੱਕ ਇੱਕ ਚੀਜ਼ ਵਧੇ ਤੇ ਜਿਹੜੇ ਉਸ ਤੋਂ ਰੋਗ ਹੁੰਦੇ ਨੇ ਉਹਦਾ ਇਲਾਜ ਸੌਖਾ ਹੈ ਤਾਂ ਜਦੋਂ ਸੋ ਵਾਏ ਵੀ ਵਿਗੜੀ ਹੋਵੇ ਬੇਤਮੀ ਵਿਗੜੀ ਹੋਵੇ ਕਫ ਵੀ ਵਿਗੜੀ ਹੋਵੇ ਸਰੀਰ ਦੇ ਤਿੰਨੇ ਇਹਨੂੰ ਕਹਿੰਦਾ ਤਰਦੋਖ ਜਾਂ ਸੰਨੀਪਾਤ ਵੀ ਨੂੰ ਕਹਿ ਦਿੰਦੇ ਹੈ ਵੈਦਿਕ ਦੇ ਗ੍ਰੰਥਾਂ ਦਾ ਇਹ ਜੇ ਕਰੇ ਉਹ ਕਹਿੰਦੇ ਇਹ ਤਿਰਦੋਖ ਰੋਗ ਹੈ ਕਾਮ ਕ੍ਰੋਧ ਜਿਹੜੇ ਵਿਕਾਰ ਹਨ ਜਿਨ ਸਭ ਜੀਵਨ ਕੀ ਸੁਧ ਸੋਖੂ ਜਿਸ ਨੇ ਸਾਰੇ ਜੀਵਾਂ ਦੀ ਅਕਲ ਸੁਕਾਰ ਰੱਖੀ ਹੋਈ ਹੈ ਸੁਭ ਜਣੀ ਹੈ ਵਿਚਾਰ ਉਹ ਨਹੀਂ ਆਉਣ ਦਿੰਦਾ ਹੈ ਇਹ ਸਤਗੁਰ ਬਚਨ ਤੰਬੇ ਸੁਰ ਪੂਰੀ ਹੁਣ ਇਹ ਤਿਰਦੋਖ ਰੋਗ ਦਾ ਇਲਾਜ ਇਹ ਹੈ ਕਿ ਕਿਸੇ ਸਿਆਣੇ ਵੈਦ ਨੇ ਤਾਂਬਾ ਮਾਰਿਆ ਹੋਵੇ ਉਸ ਨੂੰ ਕਹਿੰਦੇ ਤੰਬੇਸ਼ ਜੋ ਤਾਂਬੇ ਦੀ ਭਸਮ ਬਣਾਈ ਹੋਵੇ ਖਾਨਜੋਗ ਕਹਿੰਦੇ ਨੇ ਭਾਈ ਇਹ ਜਿਹੜੀ ਹੈ ਨਾ ਸਤਿਗੁਰੂ ਸਾਹਿਬ ਦੇ ਬਚਨ ਮਹਾਰਾ ਦੀ ਬਾਣੀ ਗੁਰੂ ਸਾਹਿਬ ਦੇ ਬਚਨ ਉਪਦੇਸ਼ ਧਾਰਨ ਇਹ ਤਮੇਸ਼ਰ ਦੀ ਪੂਰੀ ਆਮ ਤੌਰ ਤੇ ਵੈਦ ਲੋਕ ਕਹਿੰਦੇ ਨੇ ਜਿੰਨੂੰ ਜਿੰਨੇ ਮਾਰ ਲਿਆ ਤਮੇਸ਼ਰ ਉਥੇ ਕੀ ਕਰੂ ਪਰਮੇਸ਼ਰ ਭਾਵ ਕਿ ਸਭ ਤੋਂ ਸਿਰੇ ਦੀ ਚੀਜ਼ ਹੈ ਪਰ ਜੇ ਕਿਸੇ ਨੂੰ ਵਰਤਣ ਹੀ ਆ ਜਾਏ ਇਹ ਤਮੇਸ਼ਰ ਸਰੀਰ ਵਾਸਤੇ ਬਹੁਤ ਤਾਕਤ ਵਾਲੀ ਚੀਜ਼ ਹੈ ਤਾਂ ਕਹਿੰਦੇ ਇਹ ਜਿਹੜਾ ਇਹ ਤਿਰਦੋਖ ਰੁ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਦੂਰ ਕਰਨ ਵਾਸਤੇ ਹੈ ਜਿਹੜੇ ਗੁਰੂ ਦੇ ਬਚਨ ਅਰਾਧਣੇ ਗੁਰੂ ਦੀ ਬਾਣੀ ਨੂੰ ਧਾਰਨ ਕਰ ਲੈਣਾ ਹੈ ਕਹਿੰਦੇ ਇਹੋ ਹੀ ਤਾਂਬੇ ਦੀ ਪੁਣੀ ਤਮੇਸ਼ਰ ਦੀ ਪੁਣੀ ਹੈ ਨਿਤ ਸੇਵਹਿ ਤਿਹ ਸੋ ਹੋਏ ਦੂਰੀ ਜਿਹੜਾ ਨਿਤ ਗੁਰਬਾਣੀ ਦਾ ਸੇਵਨ ਕਰਦਾ ਸਿਮਰਨ ਕਰਦਾ ਹੈ ਉਸ ਦੇ ਇਹ ਕਾਮ ਕ੍ਰੋਧ ਤਰ ਦੋਖ ਰੋਗ ਦੂਰ ਹੋ ਜਾਂਦਾ ਹੈ ਬਮਨ ਰੋਗ ਕਰਹੀ ਪਰ ਨਿੰਦਾ ਤੇ ਜਿਹੜਾ ਇਸ ਪ੍ਰਕਾਰ ਸੋ ਪ੍ਰਾਇਆਂ ਦੀ ਨਿੰਦਿਆ ਆਦ ਜੋ ਕਰਨੀ ਹੈ ਹਟ ਹੈ ਲਖ ਹੈ ਸਭ ਤੇ ਨਿਜਮੰਦਾ ਸੋ ਇਹ ਹੈ ਬਮਨ ਰੋਗ ਜਿਹੜਾ ਹੋਰਾਂ ਦੀ ਨਿੰਦਿਆ ਕਰਨੀ ਬਮਨ ਕੀ ਹੈ ਜਿਵੇਂ ਕੋਈ ਬੰਦਾ ਖਾਂਦਾ ਉਹਨੂੰ ਉਲਟੀ ਆ ਜਾਂਦੀ ਹੈ ਇਹ ਉਲਟੀ ਵਾਲਾ ਰੋਗ ਕਿਸੇ ਦੀ ਨਿੰਦਿਆ ਕਰਨੇ ਇਸ ਪ੍ਰਕਾਰ ਤੋਂ ਜਿਹੜਾ ਇਸ ਪ੍ਰਕਾਰ ਇਹ ਉਲਟੀ ਵਾਲਾ ਬਵੰਦ ਰੋਗ ਜਿਹੜਾ ਨਾ ਇਸ ਪ੍ਰਕਾਰ ਤੇ ਇਸ ਨੂੰ ਸਭ ਤੇ ਜਾਨਾ ਆਪ ਸੁਖਮੰਦਾ ਜੋ ਆਪਣੇ ਆਪ ਨੂੰ ਸਾਰਿਆਂ ਤੋਂ ਮਾੜਾ ਗਿਣ ਲੈਣਾ ਕਿ ਭਾਈ ਸੋ ਹਮ ਤਜ ਭਲੋ ਸਭ ਕੋਈ ਇਹ ਵਰਤੀ ਜੋ ਧਾਰਨ ਕਰਨੀ ਹੈ ਅਸ ਵਿਦਕੇ ਰੁਜਸੋ ਮਨਪੂਰਨ ਤੋ ਇਹੋ ਜਿਹੇ ਤਰੀਕੇ ਦੇ ਨਾਲ ਸਾਡਾ ਮਨ ਜਿਹੜਾ ਹੈ ਸੋ ਉਹ ਪੂਰਿਆ ਹੋਇਆ ਇਹਨਾਂ ਰੋਗਾਂ ਦੇ ਨਾਲ ਮਿਟੇ ਸੇਵ ਗੁਰਪਦ ਰਜ ਚੂਰਨ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਦਾ ਚੂਰਨ ਜਿਹੜਾ ਧਾਰਨ ਕਰ ਲੈ ਸੇਵਾ ਕਰਦਾ ਇਹਦੇ ਨਾਲ ਕਹਿੰਦੇ ਫਿਰ ਇਹ ਵੀ ਰੋਗ ਦੂਰ ਹੋ ਜਾਂਦਾ ਹੈ ਕਮਲ ਬਦਨ ਤੇ ਬਚਨ ਸੁਨੇ ਜਬ ਜਦੋਂ ਤਨ ਸ਼ਾਂਤ ਸ਼ਬਦਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਸ਼ੋਰ ਅਵਸਥਾ ਹੈ ਇਹ ਵਿਰਧ ਬਾਬਾ ਹਰਦਾਸ ਵੈਦ ਨੇ ਜਦੋਂ ਗੁਰੂ ਸਾਹਿਬ ਦੇ ਐਸੇ ਇਹ ਬਚਨ ਸਰਵਣ ਕੀਤੇ ਹਨ ਬ੍ਰਹਮ ਗਿਆਨ ਵਾਲੇ ਵੈਦ ਵਿਚਚਨ ਨਿਮਰ ਭਇਓ ਤਬ ਤਦੋਂ ਇਹ ਵੈਦ ਸਿਆਣਾ ਸੀ ਸੋ ਇਸ ਨੇ ਹੁਣ ਆਪਣੀ ਗੁਣ ਦੀ ਵੰਡਿਆਈ ਸਰੀਰ ਦੀ ਵੱਡਾ ਪੂਣਾ ਇਹ ਸਭ ਤਿਆਗ ਕੇ ਸਤਗੁਰੂ ਪਾਤਸ਼ਾਹ ਜੀ ਦੇ ਚੰ ਵਿਚਚਨ ਬੜਾ ਸਿਆਣਾ ਸੀ ਤੋ ਇਹ ਨਿਮਰਤਾ ਦੇ ਸਹਿਤ ਗੁਰੂ ਦੇ ਚਰਨਾਂ ਦਾ ਸ਼ਰਧਾਲੂ ਬਣਿਆ ਹੈ ਨਿਜ ਮਨ ਕੋ ਮਨਸਬ ਹੋਏ ਤੱਬ ਹੀ ਤਦੋਂ ਆਪਣੇ ਮਨ ਦਾ ਮਨਸਬ ਬਣ ਕੇ ਮਨ ਦਾ ਮਨਸਬ ਮਨ 'ਚ ਫੈਸਲਾ ਕਰਨ ਵਾਲਾ ਇਨਸਾਫ ਕਰਨ ਵਾਲਾ ਬਣ ਕੇ ਇਸ ਨੇ ਕਹੇ ਜੇ ਰੁੱਝ ਲਖ ਲੀਨੇ ਸਭ ਹੀ ਕਹਿੰਦਾ ਮਹਾਰਾਜ ਜਿਹੜੇ ਤੁਸੀਂ ਆ ਰੋਗ ਦੱਸੇ ਨਾ ਮੈਂ ਸਮਝ ਗਿਆ ਇਹ ਮਹਾਰਾਜ ਸਮਝ ਆ ਗਈ ਤੁਹਾਡੀ ਕਿਰਪਾ ਨਾਲ ਕਰ ਬਿਬ ਬੰਦਤ ਬਿਨੇ ਬਖਾਨੀ ਦਮੇ ਹੱਥ ਜੋੜ ਕੇ ਗੱਲ ਗੁਰੂ ਦੀ ਸਮਝ ਲਈ ਤੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਾ ਹੈ ਹਉ ਹੇਰਿ ਉਹ ਵੈ ਕਰ ਅਨਜਾਨੀ ਮਹਾਰਾਜ ਮੈਂ ਅਨਜਾਨ ਹੋ ਕੇ ਆਪਣੇ ਆਪ ਤੁਹਾਨੂੰ ਮੈਂ ਜਾਣਦਾ ਨਹੀਂ ਸੀ ਇਉਂ ਮਹਾਰਾਜ ਤੁਹਾਡਾ ਮੈਂ ਸਰੂਪ ਦਾ ਦਰਸ਼ਨ ਕੀਤਾ ਸੀ ਤਾਂ ਸਾਥ ਸੰਗਤ ਜੀ ਇਹ ਹੈ ਦ੍ਰਿਸ਼ਟੀ ਹੁਣ ਉਹੋ ਹੀ ਦ੍ਰਿਸ਼ਟੀ ਵੈਦ ਉਹੋ ਹੀ ਹੈ ਤੇ ਗੁਰੂ ਨਾਨਕ ਵੀ ਉਹੇ ਨੇ ਹੁਣ ਪਹਿਲਾਂ ਗੁਰੂ ਪਾਤਸ਼ਾਹ ਜੀ ਮਸਤ ਸਨ ਤੇ ਵੈਦ ਆਇਆ ਤੇ ਕਹਿੰਦਾ ਮਹਾਰਾਜ ਪਹਿਲੇ ਮੈਂ ਅਣਜਾਣ ਸੀ ਤਾਂ ਤੁਹਾਡੀ ਬਾਹ ਪਕੜ ਕੇ ਮੈਂ ਤੁਹਾਨੂੰ ਰੋਗੀ ਸਮਝ ਲਿਆ ਤੇ ਤੁਹਾਡੀ ਨਬਜ ਤੇ ਹੱਥ ਰੱਖਿਆ ਸੀ ਤਾਂ ਮਹਾਰਾਜ ਮੈਂ ਅਣਜਾਣ ਸਮਝ ਕੇ ਤੇ ਅਣਜਾਣ ਪੁਨੇ ਵਿੱਚ ਮਹਾਰਾਜ ਮੈਂ ਇਸ ਤਰ੍ਹਾਂ ਦੇ ਤੁਹਾਨੂੰ ਦੇਖਿਆ ਸੀ ਜਸ ਇੱਛਾ ਕਰੀਏ ਤਸ ਲੀਲਾ ਪਰ ਹਜੂਰ ਹੁਣ ਤੁਹਾਡੀ ਕਿਰਪਾ ਹੋ ਗਈ ਹੁਣ ਮੈਂ ਜਾਣ ਗਿਆ ਹਾਂ ਕਿ ਤੁਸੀਂ ਕੀ ਹੋ ਪਹਿਲੇ ਮੈਂ ਇੱਕ ਮਾਲਕ ਤੇ ਰੋਗੀ ਸਮਝਿਆ ਸੀ ਪਰ ਤੁਸੀਂ ਕਿਰਪਾ ਕੀਤੀ ਹੁਣ ਮੇਰੀ ਦ੍ਰਿਸ਼ਟੀ ਖੋਲ ਦਿੱਤੀ ਹੈ ਤੁਹਾਡੇ ਬਚਨਾਂ ਨੇ ਸੋ ਮੈਨੂੰ ਜੋ ਗਿਆਨ ਬਖਸ਼ਿਆ ਹੁਣ ਉਸ ਤੁਹਾਡੀ ਬਾਣੀ ਦੇ ਗਿਆਨ ਨੇ ਮੈਨੂੰ ਸੋਝੀ ਪਾ ਦਿੱਤੀ ਕਿ ਤੁਸੀਂ ਪਰਮੇਸ਼ਰ ਰੂਪ ਹੋ ਔਰ ਮੈਨੂੰ ਗਿਆਨ ਬਖਸ਼ਿਆ ਹੈ ਕਿ ਸਰੀਰ ਤੋਂ ਆਤਮਾ ਜਿਹੜੀ ਹੈ ਅਲੱਗ ਹੈ ਔਰ ਆ ਜਿਹੜੇ ਕਾਮ ਕ੍ਰੋਧ ਨੇ ਨਿੰਦਿਆ ਹੈ ਇਹ ਜਿਹੜੇ ਔਗਣ ਨੇ ਇਹਨਾਂ ਨੂੰ ਰੋਗਾਂ ਦੇ ਰੂਪ ਵਿੱਚ ਬਿਆਨ ਕਰਕੇ ਇਹਨਾਂ ਦਾ ਜੋ ਇਲਾਜ ਤੁਸੀਂ ਸਿੱਖਿਆ ਦਿੱਤੀ ਮਹਾਰਾਜ ਹੁਣ ਮੈਨੂੰ ਸਮਝ ਆ ਗਈ ਤੁਸੀਂ ਗਿਆਨ ਦੇ ਦਾਤੇ ਹੋ ਤੁਸੀਂ ਪੂਰਨ ਗੁਰੂ ਹੋ ਹੁਣ ਸੱਚੇ ਪਾਤਸ਼ਾਹ ਸੋ ਮੈਂ ਅਨਜਾਣ ਪੁਨੇ ਵਿੱਚ ਪਹਿਲੇ ਤੁਹਾਨੂੰ ਧੱਕਿਆ ਸੀ ਹੁਣ ਮੈਂ ਤੁਹਾਡੀ ਬਖਸ਼ਿਸ਼ ਨਾਲ ਤੁਹਾਨੂੰ ਜਾਣ ਸਕਿਆ ਹਾਂ ਹੱਥ ਜੋੜ ਕੇ ਨਮਸਕਾਰ ਕਰਕੇ ਕਹਿੰਦਾ ਮਹਾਰਾਜ ਤੁਹਾਨੂੰ ਕੋਈ ਰੋਗ ਨਹੀਂ ਤੁਸੀਂ ਦੁਨੀਆ ਦੇ ਵੈਦ ਹੋ ਮੇਰਾ ਵੈਦ ਗੁਰੂ ਗੋਬਿੰਦ ਦਾ ਤੁਸੀਂ ਦੁਨੀਆ ਦੇ ਵੈਦ ਹੋ ਅਸੀਂ ਸਰੀਰ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਤਾਂ ਮਨ ਦਾ ਇਲਾਜ ਕਰਦੇ ਹੋ ਮਨ ਦੇ ਰੋਗ ਦੂਰ ਕਰਦੇ ਹੋ ਇਸ ਵਾਸਤੇ ਪਾਤਸ਼ਾਹ ਜਿੱਥੇ ਤੁਹਾਡੀ ਇੱਛਾ ਤੁਸੀਂ ਵਿਚਰੋ ਜੋ ਤੁਹਾਡੇ ਮਨ ਦੀ ਮੋਜਾਂ ਤੁਸੀਂ ਉਹ ਕਰੋ ਤੁਹਾਨੂੰ ਕੋਈ ਨਿਰੋਕ ਸਕਦਾ ਮਹਾਰਾਜ ਮਹਾਪੁਰਖ ਤੁਮ ਗੁਣੀ ਗਹੀਲਾ ਤੁਸੀਂ ਗੁਨਾ ਮਹਾਨ ਗੁਨਾ ਦੇ ਖਜ਼ਾਨੇ ਤੁਸੀਂ ਮਹਾਨ ਪੁਰਖ ਹੋ ਸਤਿਗੁਰੂ ਜੀ ਅਸੀਂ ਆਪਣੇ ਸ਼ਬਦਾਂ ਚ ਇਹੀ ਕੁਝ ਕਹਿ ਸਕਦੇ ਆ ਇਸ ਤੋਂ ਵੱਡੇ ਸ਼ਬਦ ਹੀ ਸਾਡੇ ਕੋਲ ਹੈ ਨਹੀਂ ਕਹਿਣ ਵਾਸਤੇ ਤੇਮਰੇ ਬਚਨਨ ਮੋਹੇ ਅਬਿਦਿਆ ਏ ਮਹਾਰਾਜ ਐਨੇ ਹੀ ਤੁਹਾਡੇ ਬਚਨ ਮੈਂ ਸੁਣੇ ਨੇ ਹੁਣ ਇਹ ਨਾਲ ਜਿਹੜੇ ਮੇਰੇ ਮਨ ਵਿੱਚ ਅਬਿਦਿਆ ਜਿਹੜਾ ਹਨੇਰਾ ਸੀ ਹੁਣ ਗੱਲ ਤੇ ਐ ਆਪਾਂ ਜਿੰਨੇ ਪ੍ਰੇਮੀ ਸਹਿਬ ਗੁਰੂ ਨਾਨਕ ਨਾਮ ਲੇਵਾ ਹਾਂ ਹੁਣ ਸਾਡੇ ਸਾਰੇ ਸਰੀਰਾਂ ਵਿੱਚ ਹੀ ਆਤਮਾ ਹੈ ਇਹ ਦੇਹ ਅਤੇ ਆਤਮਾ ਹੈ ਤੇ ਗੁਰੂ ਪਾਤਸ਼ਾਹ ਹਮੇਸ਼ਾ ਹੀ ਸਾਨੂੰ ਉਪਦੇਸ਼ ਕਰਦੇ ਨੇ ਆਤਮ ਗਿਆਨ ਆਤਮਾ ਬ੍ਰਹਮ ਹੈ ਤੋਂ ਗੁਰੂ ਬਖਸ਼ਿਸ਼ ਕਰਦੇ ਨੇ ਹੁਣ ਸਾਡੇ ਸਾਰਿਆਂ ਸਰੀਰਾਂ ਵਿੱਚ ਇਹ ਇਹ ਆਤਮਾ ਹੈ ਪਰਮੇਸ਼ਰ ਹੈ ਪਰ ਭਾਵਨਾ ਵਿਸ਼ਵਾਸ ਗੁਰੂ ਦੀ ਕਿਰਪਾ ਤੇ ਯਕੀਨ ਆਉਣਾ ਤੇ ਗੁਰੂ ਦੇ ਬਚਨਾਂ ਨੂੰ ਸੱਚ ਕਰਕੇ ਮੰਨ ਕੇ ਤੇ ਇਹ ਜਿਹੜਾ ਇਹ ਦੇਹ ਜਿਹੜਾ ਸਰੀਰ ਤੱਕ ਹੀ ਸਾਡੀ ਸੁਰਤ ਟਿਕੀ ਹੋਈ ਹੈ ਇਹਨੂੰ ਕਹੀਦਾ ਦੇਹ ਅਧਿਆਸ ਜਦੋਂ ਸਤਗੁਰੂ ਜੀ ਕਿਰਪਾ ਕਰਦੇ ਹਨ ਤਾਂ ਉਸ ਮਿਲ ਨੇ ਸੋ ਇਹ ਦੇਹ ਅਧਿਆਸ ਉਤਰ ਜਾਂਦਾ ਹੈ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਫਿਰ ਜਿਸ ਤਰ੍ਹਾਂ ਵੈਦ ਕਹਿੰਦਾ ਕਿ ਮਹਾਰਾਜ ਮੈਂ ਪਹਿਲਾਂ ਅਣਜਾਣਪੁਣੇ ਚ ਤੱਕਿਆ ਸੀ ਹੁਣ ਮੈਂ ਜਾਣ ਕੇ ਤੁਹਾਨੂੰ ਦੇਖ ਰਿਹਾ ਹੁਣ ਮੈਨੂੰ ਸਮਾ ਸਮਝ ਆ ਗਈ ਤੁਹਾਡੀ ਕਿਰਪਾ ਦੇ ਨਾਲ ਫਿਰ ਜਦੋਂ ਐਸੀ ਸਮਝ ਗੁਰੂ ਬਖਸ਼ ਦੇਣ ਦੇ ਨਾ ਤੇ ਫਿਰ ਜਿਹੜਾ ਆਪਣੀ ਆਤਮਾ ਆਪਣੇ ਆਪ ਵਿੱਚ ਦੇਖ ਲੈਂਦਾ ਉਹ ਸਾਰਿਆਂ ਵਿੱਚ ਫਿਰ ਆਤਮਾ ਦੇਖਦਾ ਹੈ ਉਹ ਜੋ ਦੀਸੈ ਸੋ ਤੇਰਾ ਰੂਪ ਜਹਾਂ ਜਾਂ ਪੇਖੋ ਤਹਾਂ ਜੋ ਦੂਰਕਤ ਹੋ ਨਾ ਜਾਈ ਫਿਰ ਇਹ ਦ੍ਰਿਸ਼ਟੀ ਗੁਰੂ ਬਖਸ਼ ਦਿੰਦੇ ਹਨ ਤਾਂ ਵੈਦ ਕਹਿੰਦਾ ਹੈ ਕਿ ਮਹਾਰਾਜ ਮੇਰੇ ਤੇ ਕਰਤੀ ਤੁਸੀਂ ਕਿਰਪਾ ਮੇਰਾ ਅਵਿਦਿਆ ਦਾ ਹਨੇਰਾ ਤੁਸੀਂ ਕੱਟ ਦਿੱਤਾ ਹੈ ਇੰਨੇ ਬਚਨਾਂ ਨਾਲ ਬਾਨ ਲੱਛ ਜਿਉਂ ਕੀਨੇ ਭਿੱਦਿਆ ਮਹਾਰਾਜ ਮੇਰਾ ਮਨ ਜਿਹੜਾ ਸੀ ਇਹ ਤਾਂ ਤੁਹਾਡਾ ਬਣਿਆ ਨਿਸ਼ਾਨਾ ਤੁਹਾਡੇ ਮੁਖ ਚੋਂ ਨਿਕਲੇ ਹੋਏ ਇਹ ਬਚਨ ਜਿਹੜੇ ਨੇ ਬਾਣੀ ਦੇ ਇਹ ਤੀਰ ਮੇਰੇ ਵੱਜੇ ਨੇ ਹਿਰਦੇ ਕਲੇਜੇ ਦੇ ਵਿੱਚ ਤੇ ਮੇਰਾ ਹਿਰਦਾ ਵਿਨ ਦਿੱਤਾ ਹੈ ਇਹਨਾਂ ਨੇ ਆਮੀ ਹੋ ਮਨ ਬਹੁਰ ਅਨਾਮੀ ਤੇ ਮਹਾਰਾਜ ਰੋਗੀ ਕੌਣ ਹੈ ਤੇ aroog tandrust ਕੌਣ ਹੈ ਇਹ ਜਿਹੜੀ ਸਮਝ ਹੈ ਲਖ ਲੀਏ ਗਤ ਸਭ ਹੋਏ ਤਵ ਸਵ ਸਾਮੀ ਏ ਮਹਾਰਾਮੈਂ ਤੁਹਾਡੀ ਸ਼ਰਨ ਵਿੱਚ ਹੋ ਕੇ ਹੁਣ ਮੈਨੂੰ ਇਸ ਕੀ ਦਾ ਗਿਆਨ ਆਇਆ ਹੈ ਮੈਂ ਤਾਂ ਸਰੀਰ ਤੱਕ ਹੀ ਸਮਝਦਾ ਰਿਹਾ ساری ਉਮਰ ਇਹਦੇ ਚ ਗੁਵਾ ਦਿੱਤੀ ਪਰ ਹੁਣ ਪਤਾ ਲੱਗਦਾ ਹੈ ਕਿ ਰੋਗੀ ਕੌਣ ਹੈ ਤੋਂ ਗੁਰੂ ਸਾਹਿਬ ਨੇ ਸਮਝਾ ਦਿੱਤਾ ਲਗਿਓ ਆਦ ਕੋ ਹਉ ਮੈਂ ਰੋਗੂ ਇਹ ਹਉ ਮੈਂ ਦਾ ਰੋਗ ਹੰਗਤਾ ਤੇ ਮਮਤਾ মোহ ਸੋ ਇਹ ਦੋਨੋਂ ਮਿਲਮੇ ਹੀ ਨੇ ਪਹਿਲੇ ਕਿਸੇ ਜੀ ਦਾ ਮੋਹ ਹੁੰਦਾ ਜਿਸ ਲਈ ਉਹ ਉਹਨੂੰ ਪ੍ਰਾਪਤੀ ਕਰ ਲਈ ਨਹੀਂ ਸੋ ਪ੍ਰਾਪਤੀ ਕਰ ਕੋ ਦਾ ਹੰਕਾਰ ਹੁੰਦਾ ਇਹ ਹਉ ਮੈਂ ਸੰਗਤਾ ਤੇ ਮਮਤਾ ਤੋ ਮਹਾਰਾਜ ਤੁਸਾਂ ਨੇ ਕਿਰਪਾ ਕੀਤੀ ਹੈ ਇਹ ਮੈਨੂੰ ਹੁਣ ਭਈ ਹਰੇਕ ਜੀਵ ਜਿਹੜਾ ਹੈ ਉਹ ਹਉਮੈ ਦਾ ਰੋਗੀ ਹੈ ਤੇ ਸਤਗੁਰੂ ਜੀ ਤੁਹਾਡੀ ਬਾਣੀ ਇਹ ਹਉਮੈ ਨੂੰ ਕੱਟ ਕਰਕੇ ਤੇ ਮਨ ਨਿਰਮਲ ਕਰ ਦਿੰਦੀ ਹੈ ਫਿਰ ਤੰਦਰੁਸਤ ਹੁੰਦਾ ਹੈ ਪ੍ਰੇਮੀ ਅਬ ਮੁਜ ਪਰ ਇਹ ਕਰਨਾ ਕਰੀਏ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਵੈਦ ਹਰਦਾਸ ਗਰੀਬ ਨਵਾਜ ਹੁਣ ਮੇਰੇ ਤੇ ਕਿਰਪਾ ਕਰੋ ਮਨ ਕੋ ਰੋਗ ਸਗਲ ਪਰ ਹਰੀਏ ਗਰੀਬ ਨਵਾਜ ਤੁਹਾਡੇ ਬਚਨਾਂ ਨੇ ਮੈਨੂੰ ਸਮਝ ਤਾਂ ਬਖਸ਼ ਦਿੱਤੀ ਹੈ ਹੁਣ ਮੇਰੇ ਤੇ ਕਿਰਪਾ ਕਰੋ ਮੈਨੂੰ ਇਸ ਦੀ ਪ੍ਰਾਪਤੀ ਬਖਸ਼ੋ satsangat ji ਪੜ ਲੈਣਾ ਰੱਬੀ ਗਿਆਨ ਨੂੰ ਸੁਣ ਲੈਣਾ ਤੇ ਸੁਣਾ ਲੈਣਾ ਬ੍ਰਹਮ ਗਿਆਨ ਨੂੰ ਇਹ ਸਾਡੀ ਇੱਕ ਸਮਝ ਅਕਲ ਦੀ ਗੱਲ ਹੈ ਪਰ ਜੋ ਅਸੀਂ ਸਮਝਿਆ ਉਸ ਦੀ ਪ੍ਰਾਪਤੀ ਜਣੀ ਹੈ ਉਹਦਾ ਇੱਕੋ ਹੀ ਤਰੀਕਾ ਹੈ ਉਹ ਤਰੀਕਾ ਹੈ ਕਿ ਸਤਿਗੁਰੂ ਪਾਤਸ਼ਾਹ ਮਿਹਰ ਦੀ ਨਿਗਾਹ ਕਰਨ ਤੇ ਜਿਸ ਤਰ੍ਹਾਂ ਸੁੱਚ ਦਬੀ ਹੈ ਤੇ ਬਲਬ ਜਗਦਾ ਨਾ ਜਦੋਂ ਗੁਰੂ ਮਿਹਰ ਦੀ ਨਿਗਾਹ ਕਰਦੇ ਨੇ ਉਦੋਂ ਪ੍ਰਕਾਸ਼ ਕਰ ਦਿੰਦੇ ਆ ਨਾਨਕ ਨਦਰੀ ਨਦਰ ਨਿਹਾਲ ਜਿਸ ਨੂੰ ਕਿਹਾ ਇਹ ਸਤਿਗੁਰਾਂ ਦੇ ਪਾਸ ਹੈ ਇਹ ਕਦੋਂ ਕਿੱਥੇ ਕਿਦਾਂ ਇਹ ਕਿਰਪਾ ਕਰਨੀ ਆ ਇਹਦਾ ਕਿਸੇ ਨੂੰ ਪੇਤ ਨਹੀਂ ਹੈ ਇਹ ਸਭ ਗੁਰੂ ਸਾਹਿਬ ਜਾਣਦੇ ਨੇ ਕਿ ਕਿਸ ਤੇ ਕਦੋਂ ਕਿਸ ਤਰ੍ਹਾਂ ਕਿਰਪਾ ਕਰਨੀ ਇਹ ਮਾਲਕ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਹੁਣ ਕਹਿੰਦਾ ਮਹਨਾਜ ਜੋ ਆਪ ਜੀ ਨੇ ਬਚਨ ਕੀਤੇ ਨੇ ਹਿਰਦਾ ਵਿੰਨਿਆ ਗਿਆ ਸਮਝ ਆ ਗਈ ਹੈ ਪਰ ਕਿਰਪਾ ਕਰੋ ਹੁਣ ਮਿਹਰ ਦੀ ਨਿਗਾਹ ਕਰੋ ਹੁਣ ਮੇਰੇ ਤੇ ਮਿਹਰ ਕਰਕੇ ਮੈਨੂੰ ਇਹ ਅਵਸਥਾ ਦੀ ਪ੍ਰਾਪਤੀ ਬਖਸ਼ਿਸ਼ ਕਰੋ ਜੀ ਸਿਰਗੁਰ ਕਹਿਓ ਕਰੋ ਸਤਸੰਗਾ ਤੇ ਗੁਰੂ ਸਾਹਿਬ ਕਹਿੰਦੇ ਨੇ ਹਰਦਾਸ ਵੈਦ ਜੀ ਤੁਸੀਂ ਵੈਦਾਂ ਦੀ ਸੰਗਤ ਕਰਕੇ ਵੈਦਗੀ ਸਿੱਖੀ ਉਸਤਾਦਾਂ ਤੋਂ ਹੁਣ ਗੁਰੂ ਦੀ ਸੰਗਤ ਕਰਿਆ ਕਰੋ ਸਤਸੰਗਤ ਵਿੱਚ ਜੁੜਿਆ ਕਰੋ ਤੇ ਐਸੇ ਗੁਰਬਾਣੀ ਦੇ ਗੁਰੂ ਦੇ ਗਿਆਨ ਦੇ ਬਚਨ ਸੁਣਿਆ ਧਾਰਨ ਕਰਿਆ ਕਰੋ ਦਿਨ ਥੋਰਨ ਮੈਂ ਹੋਵੇ ਭੰਗਾ ਥੋੜੇ ਦਿਨਾਂ ਵਿੱਚ ਹੀ ਤੁਹਾਡਾ ਭਰਮ ਹੁਣ ਦੂਰ ਹੋ ਜਾਏਗਾ ਭਲੇਖਾ ਕਿ ਹੈ ਮੈਂ ਤਾਂ ਸਰੀਰ ਹਾਂ ਹੁਣ ਜੇ ਕਹੇ ਹੁਣ ਗੁਰੂ ਕਹਿੰਦੇ ਤੁਸੀਂ ਆਤਮਾ ਅਸੀਂ ਕਹਿੰਦੇ ਸਾਡਾ ਸਰੀਰ ਆ ਜੀ ਆਤਮਾ ਕਿੱਥੇ ਤਾਂ ਮਹਾਰਾਜ ਕਿਰਪਾ ਕਰਦੇ ਨੇ ਫਿਰ ਜਿਸ ਵੇਲੇ ਆਤਮਾ ਦੀ ਸੋਝੀ ਹੋ ਜਾਂਦੀ ਹੈ ਸਰੀਰ ਤੋਂ ਉੱਚੀ ਅਵਸਥਾ ਹੋ ਜਾਂਦੀ ਹੈ ਤੋਂ ਮੇਰੇ ਸ਼ਾਨਚਾ ਪਿਤਾ ਹਜੂਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਸਤ ਸੰਗਤ ਕਰੋ ਤੁਹਾਡਾ ਭਰਮ ਮਿਟ ਜਾਏਗਾ ਮਨ ਸੁਖ ਪਾਏ ਕਰੀ ਪਦ ਬੰਦਨ ਇਸ ਨੇ ਸਹਿਬ ਗੁਰੂ ਨਾਨਕ ਦੀ ਬਖਸ਼ਿਸ਼ ਮੰਨਦਿਆਂ ਹੋਇਆਂ ਇਹਦਾ ਮਨ ਸੁਖੀ ਗੁਰੂ ਨੇ ਕਰ ਦਿੱਤਾ ਤੇ ਗੁਰੂ ਪਾਤਸ਼ਾਹ ਜੀ ਦੀ ਬਰਕਤ ਲੈ ਕਰਕੇ ਇਹ ਬੁੱਢਾ ਵੈਦ ਬਾਲਕ ਰੂਪ ਗੁਰੂ ਨਾਨਕ ਦੇ ਚੰਨਾ ਤੇ ਮੱਥਾ ਟੇਕਦਾ ਸਾਥ ਇਸ ਵਾਸਤੇ ਵਡਿਆਈ ਸਰੀਰ ਦੀ ਅਵਸਥਾ ਵੱਡੀ ਉਮਰ ਦੀ ਨਹੀਂ ਹੈ ਵਡਿਆਈ ਹੈ ਗਿਆਨ ਦੀ ਬਖਸ਼ਿਸ਼ ਦੀ ਇਸ ਲਈ ਜਿਸ ਰੂਪ ਵਿੱਚ ਗੁਰੂ ਨਾਨਕ ਆਪਣੀ ਕਲਾ ਵਰਤਾਉਂਦੇ ਨੇ ਉਹੀ ਵੱਡਾ ਹੈ ਇਸ ਵਾਸਤੇ ਮੇਰੇ ਸ਼ੰਚਾ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ ਮਹਿਮਾ ਜਾਨੀ ਕੁਮਤ ਨਕੰਧਨ ਤੋ ਕਹਿੰਦਾ ਹੈ ਕਿ हे ખોટી ਮਤ ਦੇ ਕੱਟ ਦੇਣ ਵਾਲੇ ਸਹਿਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਡੀ ਮਹਿਮਾ ਜਾਣ ਲਈ ਆ ਗੁਰੂ ਦੀ ਗਇਓ ਸਦਨ ਸੇਵਿਓ ਸਤ ਸੰਗਤ ਤੋ ਘਰ ਵਿੱਚ ਚਲਾ ਗਿਆ ਹੁਣ ਨਿਤ ਸਤ ਸੰਗਤ ਕਰਦਾ ਹੈ ਅੱਗੇ ਨਿਤ ਵਿਰਤੀ ਇਹ ਸੀ ਭਾਈ ਕਿਹੜਾ ਮਰੀਜ਼ ਆਉਂਦਾ ਤੇ ਮੈਂ ਇਲਾਜ ਕਰਾਂ ਹੁਣ ਗੁਰੂ ਦੀ ਸੰਗਤ ਵਿੱਚ ਜਾ ਕਰਕੇ ਜੁੜਦਾ ਹੈ ਤੇ ਹੁਣ ਨਿਤ ਸੋਚਦਾ ਹੈ ਕਿ ਮੇਰੇ ਮਨ ਦੇ ਵਿੱਚ ਕਿਹੜਾ ਰੋਗ ਪੈਦਾ ਹੋ ਰਿਹਾ ਹੈ ਸੁਰਤ ਕਿੱਧਰ ਜਾ ਰਹੀ ਹੈ ਫੁਰਨ ਕਿਹੜੇ ਹਨ ਫੁਰਨੇ ਕਿਹੜੇ ਉੱਠ ਰਹੇ ਹਨ ਹੁਣ ਗੁਰੂ ਪਾਤਸ਼ਾਹ ਦੀ ਸੰਗਤ ਵਿੱਚ ਜੁੜਦਾ ਹੈ ਤੇ ਹਰ ਵੇਲੇ ਸਵਾਸਾਂ ਦਾ ਧਿਆਨ ਕਰਦਾ ਹੋਇਆ ਗੁਰੂ ਨਾਨਕ ਦਾ ਬਖਸ਼ਿਆ ਨਾਮ ਜਪਦਾ ਹੈ ਮੁਖ ਉਚਿਤ ਭਾ ਉਰ ਭ੍ਰਮ ਭੰਗਾ ਲੋ ਜੀ ਮੁਕਤੀ ਦਾ ਜੋਗ ਹੋ ਗਿਆ ਤੇ ਹਿਰਦੇ ਦਾ ਜੋ ਭਰਮ ਭਨੇਖਾ ਸੀ ਉਹ ਦੂਰ ਹੋ ਗਿਆ ਹੈ ਜਦ ਦੇਖਾਂ ਤਬ ਗਾਵਾਂ ਤਦੋਂ ਤੱਕ ਤਾਂ ਗੱਲਾਂ ਸੁਣ ਸੁਣ ਕਰਕੇ ਗੱਲਾਂ ਸੁਣ ਕਰਕੇ ਨਿਸ਼ਚਾ ਨਹੀਂ ਹੁੰਦਾ ਜਦੋਂ ਤੱਕ ਉਸ ਵਸਤੂ ਨੂੰ ਵੇਖ ਨਾ ਲਈਏ ਤੇ ਜਦੋਂ ਉਸ ਵਸਤੂ ਨੂੰ ਤੱਕ ਲਈਏ ਫਿਰ ਕੋਈ ਕੋਸ਼ਿਸ਼ ਕਹੇ ਕਹਿੰਦੇ ਮੈਨੂੰ ਪਤਾ ਮੈਂ ਦੇਖਿਆ ਹੋਇਆ ਇਸ ਵਾਸਤੇ ਜਿਹੜਾ ਸੱਚਕਣ ਹਜੂਰ ਸਾਹਿਬ ਜਾ ਆਇਆ ਹੁਣ ਇੱਕ ਬੰਦਾ ਕਿਤਾਬਾਂ ਪੜ੍ਹ ਕੇ ਕਹੇ ਨਹੀਂ ਉਥੇ ਮਹਾਰਾਜਾ ਹਜੂਰ ਸਾਹਿਬ ਇਸ ਤਰ੍ਹਾਂ ਦਰਬਾਰ ਹੈ ਉਥੇ ਲੰਗਰ ਇਸ ਤਰ੍ਹਾਂ ਚੱਲਦਾ ਹੈ ਫਲਾਣੇ ਫਲਾਣੇ ਗੁਰਦੁਆਰੇ ਨੇ ਤੇ ਜਿਹੜਾ ਦੇਖ ਕੇ ਆਇਆ ਕਹਿੰਦੇ ਭਾਈ ਸੱਜਣਾ ਅਸੀਂ ਦੇਖ ਲਿਆ ਹੈ ਤਸੱਲੀ ਕਰ ਲਈ ਸਾਨੂੰ ਪਤਾ ਇਸ ਤਰ੍ਹਾਂ ਜਿਸ ਵੇਲੇ ਗੁਰੂ ਨਾਨਕ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਜਿਸ ਨੇ ਆਤਮਾ ਪ੍ਰਕਾਸ਼ ਸਭ ਮੈਂ ਜੋਤ ਜੋਤ ਹੈ ਸੋਏ ਜਦੋਂ ਆਤਮ ਪ੍ਰਗਟਾਸ਼ ਹੋ ਜਾਂਦਾ ਨਾ ਫਿਰ ਗੱਲਾਂ ਸੁਣ ਕੇ ਨਹੀਂ ਫਿਰ ਉਸ ਨੂੰ ਜਿਸ ਲਈ ਤੱਕ ਲੈਂਦਾ ਵਸਤੂ ਬ੍ਰਹਮ ਨੂੰ ਤੇ ਫਿਰ ਸਾਰੇ ਹੀ ਭਰਮ ਨਿਵਰਤ ਹੋ ਜਾਂਦੇ ਹਨ ਦੋਹਰਾ ਅਸਬਿਦ ਵੈਦ ਉਦਾਰ ਕਰ ਿਉਂ ਸਾਹਿਬ ਗੁਰੂ ਨਾਨਕ ਸਾਹਿਬ ਵੈਦ ਦਾ ਉਦਾਰ ਕਰਦੈ ਤਾਰ ਦਿੱਤਾ ਭਵਜਲ ਤੋਂ ਗੁਰੂ ਸਾਹਿਬ ਨੇ ਜਿਉਂਦੇ ਜੀ ਹੀ ਉਸ ਨੂੰ ਸਿਰਗੁਰ ਕਰਨਾ ਖਾਨ ਧੰਨ ਮੇਰੇ ਸਤਿਗੁਰੂ ਜੀ ਕਿਰਪਾ ਦੇ ਖਜ਼ਾਨੇ ਜੋ ਹੋਏ ਮਹਾਨ ਗਰੀਬਨਵਾ ਸੱਚੇ ਪਾਸ਼ਾ ਤਰਸ ਕਰਦੇ ਨੇ ਕਿਰਪਾਲੂ ਹਨ ਮਿਹਰ ਦੀ ਬਖਸ਼ਿਸ਼ ਨਿਸ਼ਟਿ ਕੀਤੀ ਹੈ ਵੈਦ ਦਾ ਪਾਰ ਉਤਾਰਾ ਕਰ ਦਿੱਤਾ ਹੈ ਸਦਾ ਬਦਨ ਤੇ ਨਾਮ ਜਪ ਇਸ ਵਾਸਤੇ ਕਵੀ ਜੀ ਕਹਿੰਦੇ ਨੇ ਐਸੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਦਾ ਹੀ ਮੁਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪਿਆ ਕਰ ਤਰ ਹੋਰ ਦੇ ਨਿਤ ਧਿਆਨ ਤੇ ਨਾਲ ਦੇ ਨਾਲ ਨਿਤ ਗੁਰੂ ਦਾ ਧਿਆਨ ਕਰਿਆ ਕਰੋ ਨਿਤ ਪ੍ਰਤੀ ਆਪਣਾ ਧਿਆਨ ਜੋੜਨ ਦੀ ਕੋਸ਼ਿਸ਼ ਕਰੋ ਵਾਹਿਗੁਰੂ ਦੇ ਨਾਮ ਵਿੱਚ ਦੋਹਰਾ ਸ੍ਰੀ ਨਾਨਕ ਸੁਖ ਸਿੰਧ ਕੋ ਤਨ ਸ਼੍ਰੋਮਣੀ ਤਨ ਗੁਰੂ ਨਾਨਕ ਪਾਤਸ਼ਾਹ ਭਾਈ ਸੁਖਾ ਦੇ ਸਮੁੰਦਰ ਹਨ ਸਤਿਗੁਰੂ ਹੱਥ ਜੋਰ ਪ੍ਰਣਾਮ ਕਵੀ ਜੀ ਕਹਿੰਦੇ ਮੈਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਪ੍ਰਣਾਮ ਨਮਸਕਾਰ ਕਰਦਾ ਹਾਂ ਜਿਸ ਕਰਨਾ ਤੇ ਵੱਡ ਅਗੀ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਵੱਡੇ ਵੱਡੇ ਪਾਪੀ ਜਣੇ ਹਨ ਪਾਵਹਿ ਗਤ ਬਿਸਰਾਮ ਉਹ ਵੀ ਸੋ ਮਨ ਦਾ ਟਿਕਾਉ ਪ੍ਰਾਪਤ ਕਰਕੇ ਮੁਕਤੀ ਪ੍ਰਾਪਤ ਕਰ ਜਾਂਦੇ ਆ ਐਸੇ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਹੈ ਚਉਪਈ ਤਿਹ ਕਰਨਾ ਕੀ ਹਮਰੇ ਟੇਕੂ ਤੋ ਕਵੀ ਜੀ ਕਵੀਆਂ ਦੀ ਮਰਿਆਦਾ ਨੂੰ ਰੱਖਣ ਵਾਸਤੇ ਸ਼ਾਰਦਾ ਦੇ ਮੰਗਲ ਕਰਦੇ ਨੇ ਪਰ ਆਪਣਾ ਡ੍ਰਿੜ ਭਰੋਸਾ ਜਿਹੜਾ ਹੈ ਉਹ ਆਪਣਾ ਪ੍ਰਗਟਾਉਂਦੇ ਨੇ ਇਸ ਮੰਗਲਾ ਚੰਨ ਦੇ ਵਿੱਚ ਕਿ ਇਹ ਮਹਾਰਾਜ ਸਤਗੁਰੂ ਐਸੇ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਕਿਰਪਾ ਤੇ ਮੇਰਾ ਪੱਕਾ ਭਰੋਸਾ ਹੈ। ਸੁਮਤ ਨਾ ਉਕਤ ਨਾ ਮੋਜ ਔਰ ਏਕੂ ਮਹਾਰਾਜ ਨਾ ਤਾਂ ਮੇਰੇ ਕੋਲ ਸੋਹਣੀ ਮਤ ਹੈ। ਨਾ ਉਕਤ ਨਾ ਹੀ ਮੇਰੇ ਕੋਲ ਕਥਨ ਕਰਨ ਦੀ ਕੋਈ ਸਮਰੱਥਾ ਹੈ। ਨਾ ਹੀ ਕੋਈ ਬੋਲਣ ਦੀ ਸਮਰੱਥਾ ਮੇਰੇ ਵਿੱਚ ਨਾ ਕੋ ਲਿਖਣ ਦੀ ਸ਼ਕਤੀ ਹੈ। ਰੋਚ ਉੱਚੀ ਮਨ ਕੀ ਮਤ ਕੀ ਰਾਹ ਮਹਾਰਾਜ ਰੂਚੀ ਮੇਰੀ ਬਹੁਤ ਵੱਡੀ ਆ ਕਿ ਮੈਂ ਗੁਰੂ ਸਾਹਿਬਾਂ ਦਾ ਸੋਹਣਾ ਜਸ ਲਿਖਾਂ। ਪਰ ਮੇਰੀ ਮਾਤੇ ਕ ਕੀੜੇ ਵਰਗੀ ਆ ਮਿਲੇ ਨਾ ਕੌਡੀ ਚਾਹੂੰ ਹੀਰਾ ਮੇਰੀ ਇਹ ਹਾਲਤ ਹੈ ਕਿ ਚਾਹੁੰਦਾ ਤਾਂ ਹਾਂ ਮੈਂ ਹੀਰਾ ਡਾਇਮੰਡ ਪ੍ਰਾਪਤ ਹੋ ਜਾਏ ਪਰ ਮਹਾਰਾਜ ਲਿਆਕਤ ਮੇਰੀ ਤਾਂ ਕੱਚ ਖਰੀਦਣ ਯੋਗੀ ਨਹੀਂ ਹੈ ਜਿਉਂ ਜਿਉਂ ਮਤ ਦੇ ਮੁਝੇ ਬੁਲਾਈ ਇਸ ਵਾਸਤੇ ਤਨ ਮੇਰੇ ਗੁਰੂ ਨਾਨਕ ਸਾਹਿਬ ਜੀ ਜੈਸੀ ਜੈਸੀ ਮਤ ਦੇ ਕਰਕੇ ਮੈਨੂੰ ਤੁਸੀਂ ਮਿਲਾਉਂਦੇ ਹੋ ਤਿਉ ਤਿਉ ਲਖੋਂ ਕਥਾ ਸੁਖਦਾਈ ਤੁਹਾਡੀ ਸੁਖ ਦੇਣ ਵਾਲੀ ਤੇਵੇਂ ਤੇਵੇਂ ਕਥਨ ਨੂੰ ਮੈਂ ਜਾਣਦਾ ਹਾਂ ਜਿਹੋ ਜੇ ਮੈਨੂੰ ਬੁੱਧੀ ਤੇ ਸੋਝੀ ਬਖਸ਼ਦੇ ਹੋ ਉਹੋ ਜੀ ਮੈਂ ਤੁਹਾਡੀ ਕਥਨ ਨੂੰ ਜਾਣ ਸਕਿਆ ਹਾਂ ਜੀ ਸਖਤ ਨਹੀਂ ਇੱਕ ਪਦ ਰਚਨਾ ਕੀ ਗਰੀਬ ਨਿਵਾਜ ਇੱਕ ਵੀ ਆਪ ਦੇ ਜਸ ਦਾ ਆਪ ਜੀ ਦੇ ਇਤਿਹਾਸ ਦਾ ਇੱਕ ਪਦ ਵੀ ਕਵਿਤਾ ਵਿੱਚ ਰਚਣ ਦੀ ਸਮਰੱਥਾ ਨਹੀਂ ਮੇਰੇ ਵਿੱਚ ਗ੍ਰੰਥ ਕਰਨ ਇਹ ਕਰਨਾ ਤਾਂ ਕੀ ਇਸ ਵਾਸਤੇ ਮਹਾਰਾਜ ਇਹ ਗ੍ਰੰਥ ਮੈਂ ਜੋ ਤਿਆਰ ਕਰਨਾ ਹੈ ਆਪ ਦੇ ਜਸ ਦਾ ਇਹ ਸਭ ਤੁਹਾਡੀ ਕਿਰਪਾ ਦਾ ਸਦਕਾ ਹੀ ਹੈ ਸ੍ਰੀ ਬਾਲਾ ਸੁੰਦਰ ਬਾਚ ਸ੍ਰੀ ਬਾਲਾ ਜੀ ਸੰਧੂ ਗੋਤ ਵਾਲੇ ਉਬਾਚ ਗਥਨ ਕਰਦੇ ਨੇ ਸਾਹਿਬ ਗੁਰੂ ਅੰਗਦ ਦੇਸ ਸਾਹਿਬ ਮਹਾਰਾ ਖਡੂਰ ਸਾਹਿਬ ਵਿੱਚ ਬੈਠ ਕਰਕੇ ਭਾਈ ਬਾਲਾ ਜੀ ਤੋਂ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਸੁਣ ਰਹੇ ਨੇ ਸੰਗਤਾਂ ਸਮੂਹ ਸੁਣ ਰਹੀਆਂ ਨੇ ਪੈੜਾ ਮੁਖਾ ਲਿਖ ਰਿਹਾ ਹੈ ਸਿੱਖੀ ਦਾ ਇਤਿਹਾਸ ਭਾਈ ਬਾਲਾ ਜੀ ਤੋਂ ਸ਼ੁਰੂ ਹੋਇਆ ਹੈ ਜੀ ਸ੍ਰੀ ਅੰਗਦ ਸੁਣੀਏ ਕਹਿ ਬਾਲਾ ਤੋ ਕਹਿੰਦੇ ਨੇ ਸੋ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਨੂੰ ਕਹਿੰਦੇ ਨੇ ਸਿਸ ਪ੍ਰਬਾਲਾ ਜੀ ਕਹਿੰਦੇ ਸੁਣੋ ਮਹਾਰਾਜ ਸ੍ਰੀ ਸਤਗੁਰ ਕੀ ਕਥਾ ਰਸਾਲਾ ਮੇਰੇ ਧੰਨ ਗੁਰੂ ਨਾਨਕ ਦੀ ਕਥਾ ਬਹੁਤ ਹੀ ਸੁੰਦਰ ਹੈ ਸਰਵਣ ਕਰੋ ਜੀ ਕੋ ਇੱਕ ਦਿਨ ਪਰ ਰਹੇ ਨਕੇ ਤੂੰ یوں ਮੇਰੇ ਧੰਨ ਗੁਰੂ ਨਾਨਕ ਸਾਹਿਬ ਕੁਛ ਦਿਨ ਵੈਦ ਦਾ ਉਧਾਰ ਕਰ ਦਿੱਤਾ ਆਪ ਉਸੇ ਤਰ੍ਹਾਂ ਚਾਦਰਾਂ ਲਾ ਕੇ ਨੇਟ ਗਿਆ ਇਸ ਤਰ੍ਹਾਂ ਕੁਛ ਦਿਨ ਘਰ ਵਿੱਚ ਟਿਕੇ ਹਨ ਮਹਾਰਾਜ ਵਿਚ ਰਹੇ ਨਹਿ 베ਦੀ ਕੁਲ ਕੇ ਤੂ 베ਦੀ ਕੁਲ ਦੇ ਨਿਸ਼ਾਨ ਉਪ ਧੰਗੁਰੂ ਨਾਨਕ ਪਾਤਸ਼ਾਹ ਵਿਚਰਦੇ ਨਹੀਂ ਚੱਲਦੇ ਫਿਰਦੇ ਨਹੀਂ ਕਿਸੇ ਪਾਸੇ ਕਬ ਹੈ ਕਰਹਿ ਕਾਲੂ ਪਰ ਤੀ ਤੂ ਤੇ ਕਦੇ ਕਦੇ ਗੁਰੂ ਸਾਹਿਬ ਦੇ ਪਿਤਾ ਜੀ ਗੁਰੂ ਨਾਨਕ ਤੇ ਭਰੋਸਾ ਕਰਦੇ ਨੇ ਭਈ ਇਹ ਤਾਂ ਕੋਈ ਅਵਤਾਰ ਨੇ ਇਓ ਮੰਨ ਵਿੱਚ ਜਾਣਦੇ ਹਨ ਬਚਨ ਸੁਨਤ ਬਿਸਮੈ ਹੋਏ ਚੀਤੂ ਕਿਉਂ ਜਦੋਂ ਕਿਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣਦੇ ਨੇ ਹੁਣ ਜੋ ਵੈਦ ਨੂੰ ਬਚਨ ਸੁਣਾਏ ਨੇ ਤੇ ਹੁਣ ਕੋਲ ਤਾਂ ਬੈਠੇ ਨੇ ਚਾਚਾ ਲਾਲੂ ਜੀ ਵੀ ਬੈਠੇ ਨੇ ਪਿਤਾ ਕਾਲੂ ਜੀ ਬੈਠੇ ਨੇ ਮਾਤਾ ਤ੍ਰਿਪਤਾ ਜੀ ਬੈਠੇ ਨੇ ਹੋਰ ਆਂਡ ਗਵਾਂਡ ਵਾਲੇ ਸਾਰੇ ਬੈਠੇ ਦੇਖ ਹੀ ਰਹੇ ਨੇ ਪਰ ਗੁਰੂ ਪਾਤਸ਼ਾਹ ਨੇ ਜਦੋਂ ਇਹ ਬਚਨ ਕੀਤੇ ਨੇ ਤੇ ਵੈਦ ਨਮਸਕਾਰਾਂ ਕਰਦਾ ਚਲਾ ਗਿਆ ਤਾਂ ਉਦੋਂ ਤਾਂ ਬਚਨ ਸੁਣ ਕਰਕੇ ਕਦੇ-ਕਦੇ ਭਰੋਸਾ ਆਉਂਦਾ ਵੀ ਮੇਰਾ ਗੁਰੂ ਤਾਂ ਪਰਮੇਸ਼ਰ ਮੇਰਾ ਪੁੱਤਰ ਤਾਂ ਗੁਰੂ ਰੂਪ ਹੈ ਪਰਮੇਸ਼ਰ ਰੂਪ ਹੈ ਕਦੇ-ਕਦੇ ਤਾਂ ਇਹੋ ਸ਼ਰਦਾ ਵੀ ਬਣ ਜਾਂਦੀ ਹੈ ਬਹੁਰ ਦੀ ਮਾਇਆ ਪਰਮਾਈ ਪਰ ਗੁਰੂ ਸਮਰੱਥ ਨੇ ਫਿਰ ਮਾਇਆ ਭਲੇਖਾ ਪਾ ਜਾਂਦੀ ਨਹੀਂ ਨਹੀਂ ਇਹ ਦੇਖਤੇ ਏੰਦਾ ਕੱਦ ਤੇ ਏੰਦਾ ਚੁੱਪ ਕਰਕੇ ਪੈ ਗਏ ਨੇ ਰੋਗੀ ਬਣ ਕੇ ਨਾ ਕੋ ਕਮਾਈ ਕਰਦੇ ਨੇ ਕਿੱਥੋਂ ਖਾਣਗੇ ਫਿਰ ਇਉ ਮਾਇਆ ਦਾ ਪੜਦਾ ਪੈ ਜਾਂਦਾ ਫਿਰ ਸੰਸਾਰ ਦੀ ਮਿਰਤੀ ਵਿੱਚ ਆ ਜਾਂਦੇ ਹਨ ਹਿਰਦੇ ਕੋ ਤਰਕ ਅਨੇਕ ਉਠਾਈ ਫਿਰ ਮਨ ਵਿੱਚ ਕਈ ਪ੍ਰਕਾਰ ਦੀਆਂ ਤਰਕਾਂ ਵਿਚਾਰਾਂ ਜਿਹੜੀਆਂ ਨੇ ਪੈਦਾ ਕਰਦੇ ਹਨ ਬਚਨ ਕਹਿਨ ਮੈਂ ਇਹ ਗੁਣ ਸਾਲੀ ਫਿਰ ਸੋਚਦੇ ਨੇ ਕਹਿੰਦੇ ਨੇ ਮੇਰੇ ਸੁਪੁੱਤਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਬਚਨ ਕਹਿਣ ਦੇ ਬੱਚੇ ਤੇ ਬੜੇ ਸਿਆਣੇ ਗੱਲਾਂ ਬੜੀਆਂ ਸੋਹਣੀਆਂ ਕਰਦੇ ਹਨ ਧਨ ਘਟਨੇ ਕੀ ਜਾਨ ਨਾ ਚਾਲੀ ਕੀ ਕਰਾਂ ਮੇਰੇ ਪੁੱਤ ਨੂੰ ਤਾਂ ਨਾ ਧਨ ਕਮਾਉਣ ਦਾ ਤੇ ਕੋਈ ਤਰੀਕਾ ਹੀ ਨਹੀਂ ਆਉਂਦਾ ਮੈਂ ਹੀ ਸਿਖਾਵਾਂਗਾ ਸੁਣ ਸੁਣ ਬਚਨ ਨਾਰ ਕਰ ਰਹੇ ਵਡਾਈ ਤੇ ਲੋਕੀ ਤਾਂ ਸੁਣ ਸੁਣ ਕੇ ਗੁਰੂ ਨਾਨਕ ਦੀਆਂ ਗੱਲਾਂ ਬੜੀਆਂ ਵਡਿਆਈਆਂ ਕਰਦੇ ਗੁਰੂ ਸਾਹਿਬ ਦੀਆਂ ਧਨ ਹਾਨੀ ਇਹ ਭੇਦ ਨਾ ਪਾਈ ਪਰ ਲੋਕਾਂ ਨੂੰ ਕੀ ਪਤਾ ਇਹ ਤਾਂ ਜੇਕਰ ਧਨ ਕੋਲ ਹੈਗਾ ਵੀ ਥੋੜਾ ਬਹੁਤਾ ਤੇ ਗਰੀਬਾਂ ਨੂੰ ਸਾਧਨੋਂ ਖਵਾ ਛੱਡਦੇ ਆ ਇਹ ਤਾਂ ਸੁਖ ਧਨ ਗਵਾਉਣ ਵਾਲੇ ਖੱਟੀ ਤਾਂ ਕਰਦੇ ਹੀ ਨਹੀਂ ਹਨ ਪੁਨ ਰਿਤ ਪਰਵਿਰਤੀ ਹੈ ਮਤਾ ਤਹੇ ਮੰਤਾ ਕਹਿੰਦੇ ਫੇਰ ਭਾਈ ਹੁਣ ਠੰਡ ਦੀ ਰੁੱਤ ਆ ਗਈ ਹੈ ਤਿਹ ਮਹ ਸੁਨਹੁ ਜੋ ਭਾ ਵਰਤੰਤਾ ਕਹਿੰਦੇ ਸੁਣੋ ਕਵੀ ਜੀ ਕਹਿੰਦੇ ਜੋ ਗੁਰੂ ਸਾਹਿਬ ਦਾ ਵਰਤੰਤ ਜੋ ਵਰਤਾਓ ਹੋਇਆ ਗੁਰੂ ਸਾਹਿਬ ਕਹੋ ਤਾਂ ਕੀਤਾ ਸਰਵਣ ਕਰੋ ਤਾਲਨ ਬਾਰਜ ਬਣੀ ਬਿਨਾਸੀ ਤੋ ਜੜੇ ਹੁਣ ਆ ਗਈ ਪੋ ਮਾਗ ਦੀ ਰੁੱਤ ਭਾਈ ਠੰਡ ਦੀ ਕਹਿੰਦੇ ਜੋ ਸੋਤਾਲ ਤਾਲਾ ਸਰੋਵਰਾਂ ਦੇ ਵਿੱਚ ਜੋ ਇਸ ਪ੍ਰਕਾਰ ਕਬਲ ਦੇ ਫੁੱਲਾਂ ਦੀਆਂ ਬਗੀਚੀਆਂ ਖਿੜੀਆਂ ਹੋਈਆਂ ਸੀ ਹੁਣ ਕੋਰਾ ਪੈਣਾ ਸ਼ੁਰੂ ਹੋ ਗਿਆ ਉਹ ਸੁੱਕ ਗਏ ਨੇ ਫੁੱਲ ਬਗੀਚੀਆਂ ਸੁੱਕ ਗਈਆਂ ਜਿਉਂ ਕੁਸੰਗ ਨਾ ਸਹਿ ਜਸ ਰਾਸੀ ਕਹਿੰਦੇ ਜਿਸ ਤਰ੍ਹਾਂ ਕੁਸੰਗਤ ਕਰਨ ਲੱਗ ਪਈ ਕੋਈ ਬੰਦਾ ਅਮੇ ਕੱਡਾ ਵੀ ਜਸ ਹੋਵੇ ਸਾਰਾ ਬਿਨਾਸ਼ ਹੋ ਜਾਂਦਾ ਈਓ ਕਹਿੰਦੇ ਠੰਡ ਦੀ ਰੋਤ ਐਹੀ ਕੁਸੰਗੀ ਆਈ ਐ ਸਾਰੀਆਂ ਫੁੱਲਾਂ ਦੀਆਂ ਬਗੀਚੀਆਂ ਸੁਕਾ ਦਿੱਤੀਆਂ ਹਨ ਕਮਲਾਂ ਦੇ ਫੁੱਲਾਂ ਦੀਆਂ ਨਿਕਟ ਅਗਨ ਕੇ ਰਹੇ ਮਹਾਨਾ ਤਾਂ ਬਹੁਤੇ ਲੋਕ ਅੱਗ ਦੇ ਕੋਲ ਰਹਿ ਕਰਕੇ ਅੱਗ ਸੇਕਦੇ ਨੇ ਠੰਡ ਦੂਰ ਕਰਦੇ ਹਨ ਜਿਉਂ ਨਿਰਪ ਸੇਵ ਹੈ ਜੇ ਮਤਵਾਨਾ ਜਿਸ ਤਰੀਕੇ ਦੇ ਨਾਲ ਕੋਈ ਸਿਆਣੇ ਲੋਕ ਰਾਜੇ ਦੀ ਸੇਵਾ ਕਰਦੇ ਸਾਰੇ ਸੁਖ ਰਾਜੇ ਤੋਂ ਮਿਲਣੇ ਹੁੰਦੇ ਆ ਮੰਦ ਤੇਜ ਸੂਰਜ ਕਾ ਬਿਉ ਤੋ ਕਹਿੰਦੇ ਨੇ ਭਾਈ ਜਿਹੜਾ ਸੋ ਸੂਰਜ ਦਾ ਹੁਣ ਤੇਜ ਜੇਠਾੜ ਦੀਆਂ ਧੁੱਪਾਂ ਸੀ ਕਹਿੰਦੇ ਹੁਣ ਤਾਂ ਭਾਈ ਉਹ ਮੰਦੀਆਂ ਹੋ ਗਿਆ ਹੁਣ ਤਾਂ ਠੰਡ ਲੱਗਦੀ ਆ ਜਿਉਂ ਭੂਪਤ ਹੋਏ ਆਲਸ ਕਿਉ ਤੋ ਕਹਿੰਦੇ ਨੇ ਜਿਸ ਤਰੀਕੇ ਦੇ ਨਾਲ ਆਲਸ ਕਿਉ ਜਿਵੇਂ ਕੋਈ ਰਾਜਾ ਹੋਵੇ ਤੋ ਦਲਿਤਰੀ ਹੋ ਜਾਏ ਤੇ ਪ੍ਰਜਾ ਦੁਖੀ ਹੋ ਜਾਂਦੀ ਐ ਨਰ ਨਾਰਨ ਕੋ ਸੀਤ ਕੰਪਾਵਤ ਹੁਣ ਪਾਈ ਇਸਤਰੀਆਂ ਪੁਰਸ਼ਾਂ ਜੀਵਾਂ ਸਭਨਾ ਨੂੰ ਦੰਦੁੜ ਕੇ ਵਜਨੇ ਠੰਡੀ ਹਵਾ ਜਦੋਂ ਚਲਦੀ ਐ ਮਿਰਗ ਬਨਵਾਸੀ ਤਿਨਹੇ ਦੁਖਤਾ ਦੁਖਵਤ ਤੋ ਕਹਿੰਦੇ ਨੇ ਪਾਈ ਜੋ ਮਿਰਗ ਹਰਨ ਨੇ ਜੰਗਲਾਂ ਚ ਰਹਿੰਦੇ ਜਾਂ ਬਨਵਾਸੀ ਔਰ ਜਿਹੜੇ ਕੋਈ ਸਾਧੂ ਮਹਾਤਮਾ ਉਹਨਾਂ ਨੂੰ ਦੁੱਖ ਦੇਣ ਵਾਲੀ ਰੁੱਤ ਹੈ ਠੰਡ ਦੀ ਕਾਹੂ ਸਮੇਂਦਰਪ ਹੋਏ ਬਿਨ ਜੋਰਾ ਜਿਸ ਤਰ੍ਹਾਂ ਕੋਈ ਰਾਜਾ ਹੋਵੇ ਉਸ ਦਾ ਜੋਰ ਜਾਂਦਾ ਲੱਗੇ ਵਿਰਧ ਹੋ ਜਾਏ ਕੋਈ ਬਜ਼ੁਰਗ ਰਾਜਾ ਹੋ ਜਾਏ ਜਿਉਂ ਦੁੱਖ ਦੇਹ ਪ੍ਰਜਾ ਕੋ ਚੋਰਾ ਤੇ ਚੋਰ ਜਿਹੜੇ ਨੇ ਉਹ ਦੁੱਖ ਦੇਣ ਲਾ ਪੈਂਦੇ ਨੇ ਪਰ ਜਾਨੋ ਜਦੋਂ ਰਾਜਾ ਜਿਹੜਾ ਖੀਣ ਕਮਜ਼ੋਰ ਹੋ ਜਾਂਦਾ ਹੈ ਨਿਸ ਦੀਰਘ ਮਹਿ ਲੇਤ ਨਿਹਾਲੀ ਤੋ ਭਾਈ ਹੁਣ ਵੱਡੀਆਂ ਰਾਤਾਂ ਨੇ ਰਜਾਈਆਂ ਲੈ ਲੈ ਕੇ ਸੌਂਦੇ ਸਾਰੇ ਠੰਡ ਤੋਂ ਸੋਮਹ ਸੀਤ ਬਿਦਾਰ ਸੁਖਾਲੀ ਤੋਂ ਸੌਕੇ ਹੀ ਠੰਡ ਨੂੰ ਦੂਰ ਕਰਕੇ ਇਉਂ ਆਰਾਮ ਕਰਦੇ ਹਨ ਸੌਂਦੇ ਨੇ ਲੋਕ ਜਿਉਂ ਸਤਗੁਰ ਕੀ ਲੈ ਪਗ ਧੂਰੀ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਧਾ ਰੂਪ ਧੂੜੀ ਲੈ ਕੇ ਨਾ ਕੋਈ ਭਾਵ ਸੰਕਟ ਸਿਖ ਕਰ ਹਾਂ ਦੂਰੀ ਤੇ ਜਿਹੜੇ ਸਿੱਖ ਨੇ ਸੰਸਾਰ ਦੇ ਦੁੱਖਾਂ ਨੂੰ ਜਵੇਂ ਦੂਰ ਕਰ ਲੈਣ ਏਉਂ ਰਜਾਈਆਂ ਲੈ ਕੇ ਠੰਡ ਦੂਰ ਕਰ ਲੈਂਦੇ ਹਨ ਆਤਪ ਖਰੀ ਸੁਹਾਏ ਸਰੀਰਾ ਹੁਣ ਧੁੱਪ ਜੜੀ ਆ ਸਰੀਰ ਨੂੰ ਚੰਗੀ ਲੱਗਦੀ ਆ ਜਿਉ ਸਤ ਸੰਗਤ ਜਨ ਮਤ ਧੀਰਾ ਜਿਸ ਤਰ੍ਹਾਂ ਧੀਰਜ ਧਾਰੀ ਮਤਵਾਂ ਨੂੰ ਸਤ ਸੰਗਤ ਚੰਗੀ ਲੱਗਦੀ ਐ ਐਸੋ ਜਿਹਾ ਆਨੰਦ ਹੈ ਸੀਤਲ ਬਹੇ ਨੀਰ ਸਮੀਰਾ ਹੁਣ ਭਾਈ ਪਾਣੀ ਵੀ ਠੰਡੇ ਹੋ ਗਏ ਨੇ ਹਵਾ ਵੀ ਠੰਡੀ ਜਿਹੜੀ ਆ ਸੀਤ ਚੱਲਦੀ ਐ ਜੋ ਰੰਕਨ ਕੋ ਕਰਤ ਅਧੀਰਾ ਜੋ ਗਰੀਬਾਂ ਨੂੰ ਤੰਗ ਕਰਦੀ ਅਮੀਰ ਕੱਪੜੇ ਪਾ ਲੈਣਗੇ ਗਰਮ ਖੁਰਾਕਾਂ ਖਾ ਗਰੀਬ ਕੀ ਕਰੂਗਾ ਗਰੀਬਾਂ ਨੂੰ ਤੰਗ ਕਰਨ ਵਾਲੀ ਠੰਡੀ ਹਵਾ ਚੱਲੀ ਆਇਆ ਸੀ ਰੁੱਤ ਹੈ ਜੋ ਜਿਉ ਬਿਨ ਸਤਗੁਰ ਤੇ ਰਖਵਾਰਾ ਜਿਸ ਤਰ੍ਹਾਂ ਬਿਨਾ ਗੁਰੂ ਤੋਂ ਰਾਖਾ ਨਹੀਂ ਬਣਦਾ ਹੈ ਜਗਿਆਸੀ ਕੋ ਕਰਤ ਵਿਕਾਰਾ ਤੋ ਭਾਈ ਜਗਿਆਸੂ ਨੂੰ ਜੇਦਾ ਗੁਰੂ ਰਾਖਾ ਨਾ ਹੋਵੇ ਨਾ ਵਿਕਾਰ ਤੰਗ ਕਰਦੇ ਜਗਿਆਸੂ ਨੂੰ ਜਦਾਂ ਅਸ ਹਿਮੰਤ ਹਿੰਮਤ ਰਿਤ ਮਹਿ ਜਗ ਕੰਤਾ ਇਹੋ ਜੀ ਹਿਮੰਤ ਇਹ ਸਰਦ ਰੁੱਤ ਦੇ ਵਿੱਚ ਜਗ ਦੇ ਸਵਾਮੀ ਗੁਰੂ ਨਾਨਕ ਸਾਹਿਬ ਜੀ ਪਰੇ ਰਹਹਿ ਸੁਖਦਾਨੀ ਸੰਤਾ ਸੰਤਾ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਬਿਰਾਜਮਨ ਰਹਿੰਦੇ ਹਨ ਚਾਦਰਾ ਲੈ ਕੇ ਅਸੀਂ ਕਿਸੇ ਸੇ ਮਿਲ ਹੈ ਨਾ ਬੋਲੇ ਬਾਨੀ ਨਾ ਕਿਸੇ ਨੂੰ ਮਿਲਦੇ ਨੇ ਨਾ ਕਿਸੇ ਨੂੰ ਬਾਣੀ ਬੋਲਦੇ ਗੁਰੂ ਸਾਹਿਬ ਰਹੇ ਇਕਾਕੀ ਗੁਣ ਗਨਖਾਨੀ ਸਮੂਹ ਗੁਣਾਂ ਦੇ ਖਜ਼ਾਨੇ ਹਰ ਪਰ ਅਕਾਂਤ ਰਹਿੰਦੇ ਕੱਲੇ ਰਹਿੰਦੇ ਹਨ ਸਤਿਗੁਰੂ ਜੀ ਅਸ ਬਿਦ ਸੋ ਜਗ ਮਾਸ ਬਿਤਾਏ ਐਸ ਤਰੀਕੇ ਦੇ ਨਾਲ 2 ਮਹੀਨੇ ਦਾ ਸਮਾਂ ਗੁਜ਼ਾਰਤਾ ਗੁਰੂ ਨਾਨਕ ਨੇ ਫਿਰਨ ਲੱਗੇ ਪੁਨ ਸਹਿਜ ਸੁਭਾਏ ਫਿਰ ਸੁਤੇ ਸੁਭਾ ਮਹਾਰ ਦੀ ਮੋਜ ਬਣ ਗਈ ਤੁਰਨਾ ਫਿਰਨਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰ ਦਿੱਤਾ ਰਤ ਸੰਖਾਨ ਖਾਨ ਖਾਨ ਕੋ ਕਰਹੀ ਹੁਣ ਪ੍ਰੇਮ ਦੇ ਕਹਿੰਦੇ ਮਾਤਾ ਜੀ ਭੁੱਖ ਲੰਗੀ ਆ ਪ੍ਰਸ਼ਾਦਾ ਛਕਾਓ ਰੂਚੀ ਦੇ ਨਾਲ ਪ੍ਰਸ਼ਾਦਾ ਪਾਣੀ ਛਕਣ ਲੱਗ ਪਏ ਮਾਤ ਬਲੋਕ ਹਰਖ ਔਰ ਧਰਹੀ ਉਹ ਮਾਤਾ ਜੀ ਵੇਖ ਕਰਕੇ ਬਹੁਤ ਖੁਸ਼ ਹੁੰਦੇ ਹਨ ਜਾਨਤ ਭਈ ਅਨਾਮ ਤਨ ਕੋ ਮਾਤਾ ਜੀ ਜਾਣ ਗਏ ਹੁਣ ਕਿ ਮੇਰਾ ਪੁੱਤ ਤੰਦਰੁਸਤ ਹੋ ਗਿਆ ਹੁਣ ਦਿਨੋ ਦਾਨ ਦਿੱਜਨ ਸਭ ਹਨ ਕੋ ਉਹ ਮਾਤਾ ਜੀ ਨੇ ਖੁਸ਼ੀ ਵਿੱਚ ਬਹੁਤ ਗਰੀਬਾਂ ਨੂੰ ਦਾਨ ਦਿੱਤਾ ਹੈ ਸੁੰਦਰ ਬਸਤਰ ਬੇਨ ਬਣਾਏ ਸੋਹਣੇ ਸੋਹਣੇ ਨਵੇਂ ਬਸਤਰ ਬਣਾ ਲਏ ਗੁਰੂ ਨਾਨਕ ਸਾਹਿਬ ਲਈ ਸੁਤ ਕੋ ਜੁੱਤ ਦੁਲਾਰ ਪਹਿਰਾਏ ਬੜੇ ਲਾਡ ਪਿਆਰ ਦੇ ਨਾਲ ਆਪਣੇ ਸੁਪੁੱਤਰ ਨੂੰ ਹੀ ਨੇ ਮਾਤਾ ਜੀ ਨੇ ਬਸਤਰ ਪਹਿਰਾਏ ਹਨ ਬਦਨ ਸਦਨ ਸਭ ਪੁਨ ਪੁਨ ਦੇਖੀ ਤੋ ਮੇਰੇ ਸਤਿਗੁਰੂ ਜੀ ਦੇ ਸੋਹਣਾ ਸੁਖਾਂ ਦੇ ਘਰ ਚਿਹਰੇ ਦਾ ਬਾਰ-ਬਾਰ ਦਰਸ਼ਨ ਕਰਦੇ ਮਾਤਾ ਜੀ ਖੁਸ਼ ਹੁੰਦੇ ਹਨ ਵੱਡ ਭਾਗਣ ਲਖ ਆਪ ਵਿਸੇਖੀ ਹੁਣ ਮਾਤਾ ਜੀ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਨ ਖਾਸ ਕਰਕੇ ਗਿਆਤਨ ਕੀ ਪੰਗਤ ਜਗ ਮੂਲਾ ਜਗਤ ਦੇ ਮੂਡ ਰੂਪ ਗੁਰੂ ਨਾਨਕ ਸਾਹਿਬ ਜੀ ਹੁਣ ਆਪਣੇ ਗੋਤੀਆਂ ਬੇਦੀਆਂ ਦੇ ਬੱਚਿਆਂ ਦੇ ਵਿੱਚ ਜਾ ਕੇ ਮਿਲਦੇ ਹਨ ਬੈਸਹਿ ਭੇਕਾਲੂ ਅਨਕੂਲਾ ਹੁਣ ਸੋ ਜਿਸ ਵੇਲੇ ਬੈਠਣ ਲੱਪੇ ਤੇ ਪਿਤਾ ਜੀ ਵੀ ਹੁਣ ਅਨੁਸਾਰ ਹੀ ਹੋ ਗਏ ਨੇ ਖੁਸ਼ ਹੋ ਗਏ ਨੇ ਲੋਕ ਕ੍ਰੀਤ ਮਿਲਨ ਪੁਨ ਬੋਲਨ ਤੋ ਲੋਕਾਂ ਦੀ ਮਰਜ਼ਾ ਦਾ ਵਿੱਚ ਬੋਲਣਾ ਲੋਕਾਂ ਨਾਲ ਗੱਲਾਂ ਕਰਨੀਆਂ ਮਹਰ ਨੇ ਸ਼ੁਰੂ ਕਰ ਦਿੱਤੀਆਂ ਕਰਹੀਂ ਸਭ ਵਿਦਪੁਰ ਮਹਿ ਡੋਲਨ ਤੋ ਸਾਰੇ ਪਿੰਡ ਵਿੱਚ ਬਚਨ ਦੇ ਚਰਨ ਪਾ ਕੇ ਪਵਿੱਤਰ ਕਰਦੇ ਨੇ ਹਰੇਕ ਨੂੰ ਬੁਲਾਉਂਦੇ ਪਿਆਰ ਦੇ ਨਾਲ ਸੁੰਦਰ ਸੋਭਤ ਬੈਸ ਕਿਸ਼ੋਰਾ ਮੇਰੇ ਸਤਿਗੁਰੂ ਜੀ ਦੀ ਕਿਸ਼ੋਰ ਜੀ ਅਵਸਥਾ ਹੈ ਸੋਹਣੀ ਗिरा ਮਿਰਦਲ ਮਦਰੀ ਚਿਤ ਚੋਰਾ ਮੇਰੇ ਸਤਿਗੁਰੂ ਜੀ ਦੇ ਬੋਲਣ ਵਾਲੇ ਬਚਨ ਬੜੇ ਮਿੱਠੇ ਨੇ ਜਿਵੇਂ ਦੇ ਨਾਲ ਵੀ ਬੋਲਦੇ ਨੇ ਸਾਰਿਆਂ ਦੇ ਚਿੱਤ ਨੂੰ ਚੋਰਾ ਲੈਂਦੇ ਹਨ ਲਲਤ ਬਲੋਚਨ ਦਲ ਉਤਪਲ ਸੇ ਤੋਂ ਮੇਰੇ ਸਤਿਗੁਰੂ ਪਾਤਸ਼ਾਹ ਦੇ ਨੇਤਰ ਕਬੀ ਜੀ ਕਹਿੰਦੇ ਬਹੁਤ ਹੀ ਸੁੰਦਰ ਨੇ ਜਿਵੇਂ ਕਮਲ ਦੀਆਂ ਪੰਖੜੀਆਂ ਹੁਣ ਫੁੱਲਦੀਆਂ ਤਾਰੇ ਸ਼ਾਮ ਗੰਡ ਕੀ ਗੰਡ ਕੀ ਸਿਲਸੇ ਤੋਂ ਮੇਰੇ ਸਤਿਗੁਰੂ ਜੀ ਦੇ ਅੱਖਾਂ ਦੇ ਤਾਰੇ ਵਿੱਚ ਜਿਹੜੇ ਨੇ ਇਉਂ ਨੇ ਗੰਡਕਾ ਨਦੀ ਦੇ ਜਿਵੇਂ ਕਾਲੇ ਪੱਥਰ ਹੋਣ ਸੋਰਠਾ ਬਣੀ ਸੋ ਪ੍ਰਕੁਟੀ ਬੰਕ ਜਿਉ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਪ੍ਰਕੁਟੀ ਪਰਵੱਟੇ ਜਿਹੜੇ ਨੇ ਬੰਕ ਟੇਢੇ ਹਨ ਕਮਾਨ ਇਹ ਕਾਮ ਕੀ ਜਿਉ ਕਮਾਨ ਇਹ ਕਾਮ ਜਿਸ ਤਰੀਕੇ ਦੇ ਨਾਲ ਕਾਮਦੇਵ ਦੀ ਕਮਾਨ ਹੋਵੇ ਇਹ ਇੱਕ ਅੰਗੀ ਦ੍ਰਿਸ਼ਟਾਂਤ ਹੈ ਸੁੰਦਰਤਾ ਦਾ ਕਿਦੋਂ ਇੰਦ ਅਕਲੰਕ ਸਦਨ ਅਕਲੰਕ ਕਿਦੋਂ ਕਹਿੰਦੇ ਨੇ ਭਾਈ ਜਿਸ ਤਰ੍ਹਾਂ ਚੰਦਰਮਾ ਕਲੰਕ ਤੋਂ ਬਿਨਾ ਹੋਵੇ ਸਦਨ ਤਾਸ ਮਹਿਰਾਬਸੀ ਤੇ ਚੰਦਰਮਾ ਦੇ ਘਰ ਜਿਵੇਂ ਇਸ ਪ੍ਰਕਾਰ ਡਾਟਾ ਲਗੀਆਂ ਹੁਣ ਇਸ ਪ੍ਰਕਾਰ ਮਹਿਰਾਬਾਂ ਐਸ ਤਰ੍ਹਾਂ ਮੇਰੇ ਸਤਿਗੁਰੂ ਪਾਸ਼ਾ ਦਾ ਚਿਹਰਾ ਸੁੰਦਰ ਹੈ ਚੌਪਈ ਮੰਦ ਮੰਦ ਸੁੰਦਰ ਗਤ ਚਲਹੀਂ ਮੇਰੇ ਸਤਗੁਰੂ ਜੀ ਹੌਲੀ ਹੌਲੀ ਬੜੀ ਮਸਤ ਚਾਲ ਵਿੱਚ ਤੁਰਦੇ ਹਨ ਦਇਆ ਦ੍ਰਿਸ਼ਟ ਦੇਖੇ ਹਨ ਦੁਖਦਲਹੀਂ ਤੇ ਜਿੱਧਰ ਦਇਆ ਦੀ ਦ੍ਰਿਸ਼ਟੀ ਕਰਕੇ ਤੱਕਦੇ ਉਹਨਾਂ ਦੇ ਦੁੱਖ ਦੂਰ ਕਰੀ ਜਾਂਦੇ ਜਿਨ੍ਹਾਂ ਤੇ ਨਿਗਾਹ ਪਾਉਂਦੇ ਹਨ ਸੁਖ ਬਖਸ਼ ਦਿੰਦੇ ਹਨ ਨਿਜ ਇੱਛਾ 베ਦੀ ਕੁਲ ਕੇ ਤੂ 베ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਸਾਹਿਬ ਆਪਣੀ ਇੱਛਾ ਦੇ ਨਾਲ ਵਿਚਰਹਿ ਕਿਰਤ ਨਾ ਕਰਤਨ ਕੇ ਤੂ ਕਰਵੇ ਕੰਮ ਕੋਈ ਨਹੀਂ ਕਰਦੇ ਹੁਣ ਮौज ਵਿੱਚ ਫਿਰਨਾ ਸ਼ੁਰੂ ਕਰਤਾ ਹਜੂਰ ਜੀ ਨੇ ਐਸੇ ਕਿੰਚਿਤ ਕਾਲ ਬਿਤਾਇਓ ਕਿਉਂ ਕੁਝ ਕ ਸਮਾਂ ਸਾਹਿਬਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਜ਼ਾਰਿਆ ਹੈ ਜੀ ਜਗਤ ਉਧਾਰਨ ਹਿੱਤ ਜੋ ਆਇਓ ਜੋ ਜਗਤ ਦਾ ਪਾਰ ਉਤਾਰਾ ਕਰਨ ਗੁਰੂ ਨਾਨਕ ਸਾਹਿਬ ਆਏ ਨੇ ਐਸੇ ਕੌਤਕ ਕਰਦੇ ਹਨ ਇੱਕ ਬਾਸੁਰ ਕਾਲੂ ਨਿਜ ਸਦਨਾ ਇੱਕ ਦਿਨ ਸਤਕਾਰਯੋਗ ਪਿਤਾ ਮਹਿਤਾ ਕਾਲੂ ਜੀ ਆਪਣੇ ਘਰ ਵਿੱਚ ਬੈਸ ਬੁਲਾਇਓ 바ਰਜ ਬਦਨਾ ਧੰਨ ਸਹਿਬਗੁਰੂ ਨਾਨਕ ਸਾਹਿਬ ਜੀ ਨੂੰ ਬੈਠ ਕੇ ਆਪਣੇ ਕੋਲ ਬੁਲਾ ਲਿਆ ਹੈ ਦਰਬ ਕਮਾਉਣ ਸਿੱਖ ਵਨ ਹੇਤੂ ਤੋ ਸਿਖਾਉਣਾ ਚਾਹੁੰਦੇ ਨੇ ਵੀ ਧੰਨ ਕਿਵੇਂ ਕਮਾਉਣਾ ਹੈ ਧੰਦੀ ਕਮਾਈ ਵਾਸਤੇ ਸਿੱਖਿਆ ਦੇਣ ਲਈ ਕੋਲ ਬੁਲਾ ਲਿਆ ਨਿਕਟ ਵਿਸਾਇਓ ਕਿਰਪਾ ਨਕੇਤੂ ਕਿਰਪਾ ਦੇ ਘਰ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਕੋਲ ਮਿਠਾ ਲਿਆ ਹੈ ਪ੍ਰੀਤ ਚਿੰਤ ਮਹਿ ਸਾਨੀ ਬਾਣੀ ਧੋ ਚਿੱਤ ਵਿੱਚ ਚਿੰਤਾ ਹੈ ਮਨ ਵਿੱਚ ਪ੍ਰੇਮ ਵੀ ਹੈ ਐਹੋ ਜਿਹੀ ਮਿਲੀ ਹੋਈ ਬਾਣੀ ਗੁਰੂ ਸਾਹਿਬ ਨੂੰ ਕਹਿ ਰਹੇ ਹਨ ਪਿਤਾ ਜੀ ਬੋਲਿਓ ਰੀਤ ਅਨੀਤ ਪਛਾਨੀ ਧੋ ਮਹਾਰਾਜ ਸਤਗੁਰੂ ਜੀ ਨੇ ਸੋ ਇਸ ਤਰੀਕੇ ਦੀ ਅਨੀਤੀ ਪਛਾਨ ਕੇ ਕਿ ਇਹ ਕੰਮ ਕਾਰ ਨਹੀਂ ਕਰਦੇ ਤੇ ਉਹ ਬਾਣੀ ਬੋਲੇ ਕਹਿੰਦੇ ਸਤ ਨਾਨਕ ਤੂੰ ਇੱਕ ਹਮਾਰੇ ਦੇਖੋ ਪੁੱਤਰ ਨਾਨਕ ਜੀ ਤੂੰ ਇਕੱਲਾ ਇਕੱਲਾ ਸਾਡੇ ਘਰ ਵਿੱਚ ਪੁੱਤਰ ਹੈ ਨਾ ਦੂਸਰ ਜੋ ਕਾਜ ਸੰਭਾਰੇ ਹੁਣ ਦੂਸਰਾ ਕੋਈ ਪੁੱਤਰ ਨਹੀਂ ਹੈ ਜਿਹੜਾ ਘਰ ਦਾ ਕਾਰੋਬਾਰ ਸੰਭੇ ਤੂੰ ਨੈ ਤਜ ਦੀਨੋ ਅਸ ਰੀਤੂ ਤੁਸੀਂ ਇਹ ਜਿਹੜਾ ਸੰਸਾਰ ਦਾ ਕਾਰ ਵਿਹਾਰ ਕੰਮਕਾਰ ਉਹ ਤਾਂ ਇਉਂ ਛੱਡ ਦਿੱਤਾ ਹੈ ਜਿਉਂ ਵਿਰਾਗ ਦਿੱਡ ਹੋਤ ਅਤੀਤੂ ਜਿਵੇਂ ਕਿਸੇ ਨੂੰ ਵਿਰਾਗ ਪੱਕਾ ਹੋ ਜਾਏ ਤੇ ਕੋਈ ਸਾਧੂ ਅਤੀਤ ਬ੍ਰਕਤ ਬਣ ਜਾਂਦਾ ਹੈ ਤੁਸੀਂ ਐਹੋ ਜਿਹੀ ਬ੍ਰਕਤਾਂ ਵਾਲੀ ਦਸ਼ਾ ਵਿੱਚ ਵਿਚਰਦੇ ਹੋ ਓਹ ਗ੍ਰਸਤ ਸਿਓ ਕਿਉਂ ਬਣ ਆਵੇ ਦਸੋ ਇਹ ਗ੍ਰਸਤੀਆਂ ਦੇ ਵਿੱਚ ਕਿਦਾਂ ਬਣ ਆਊਗੀ ਗੱਲ ਪੂਰੀ ਨਿਸਬਾਸੁਰ ਬਿਨ ਕਾਮ ਬਿਤਾਵੇ ਹੁਣ ਦਿਨ ਵੀ ਰਾਤ ਵੀ ਬਿਨ ਹੀ ਕੰਮਕਾਰ ਤੋਂ ਤੁਸੀਂ ਗੁਜ਼ਾਰਦੇ ਹੋ ਮੁਜ ਜੀਵਤ ਜੇ ਲੇਤ ਸੰਭਾਰੀ ਤੇ ਜੇ ਕਰ ਮੇਰੇ ਜਿਉਂਦਿਆਂ ਜਿਉਂਦਿਆਂ ਤੁਸੀਂ ਕਾਰੋਬਾਰ ਸੰਭ ਲੈnde ਕਮਾਈ ਕਰਨ ਲੱਗ ਪੈਂਦੇ ਹੋ ਜਾਨਤ ਸੁਤ ਹੋਵੇ ਸੁਖਕਾਰੀ ਤੇ ਮੈਂ ਜਾਣ ਲੈਂਦਾ ਕਿ ਮੇਰਾ ਪੁੱਤਰ ਸੁਖ ਦੇਣ ਵਾਲਾ ਹੈ ਸਾਨੂੰ ਤੁਝ ਜਨਮਤ ਮਨ ਭਾ ਪਰਵਾਸਾ ਜਦੋਂ ਤੁਹਾਡਾ ਅਵਤਾਰ ਹੋਇਆ ਸੀ ਨਾ ਤੇ ਮੇਰੇ ਮਨ ਦੇ ਵਿੱਚ ਇਹ ਭਰੋਸਾ ਬਣਿਆ ਸੀ ਨਾਨਕ ਕਰ ਹੈ ਨਾਮ ਪ੍ਰਕਾਸ਼ਾ ਭਾਈ ਮੇਰਾ ਪੁੱਤਰ ਨਾਨਕ ਮੇਰਾ ਨਾਮ ਦੁਨੀਆ ਵਿੱਚ ਜਿਹੜਾ ਮਸ਼ਹੂਰ ਕਰ ਦੂਗਾ ਦਰਬ ਕਮਾਉਣ ਮੈਂ ਜਸ ਮੇਰੋ ਮੇਰਾ ਹੁਣ ਨਾਮ ਜਿਹੜਾ ਹੈ ਦੁਨੀਆ ਵਿੱਚ ਧਨ ਕਮਾਉਣ ਦੇ ਵਿੱਚ ਸਭ ਪਾਸੇ ਮਸ਼ਹੂਰ ਹੈ ਜਾਨਹਿ ਸਭਪੁਰ ਮਾਹਿ ਕਨੇਰੋ ਸਾਰੀ ਪੁਰੀ ਵਿੱਚ ਦੁਨੀਆ ਜਾਣਦੀ ਤੇ ਮੈਂ ਕਿਦਾਂ ਧਨ ਕਮਾਉਂਦਾ ਮੇਰਾ ਨਾਮ ਦੁਨੀਆ ਵਿੱਚ ਮਸ਼ਹੂਰ ਧਨ ਕਮਾਉਣ ਨਾਲ ਹੈ ਪਰ ਮੈਂ ਚਾਹੁੰਦਾ ਸੀ ਮੇਰਾ ਪੁੱਤ ਮੇਰੋਂ ਵੱਧ ਧਨ ਕਮਾ ਕੇ ਨਾਮ ਚਮਕਾਵੇ ਨਾਮ ਤਾਂ ਗੁਰੂ ਨਾਨਕ ਚਮਕਾਉਣਗੇ ਪਰ ਹੋਰ ਧੰਨ ਹੀ ਕਮਾਈ ਕਰਨੀ ਗੁਰੂ ਸਾਹਿਬ ਨੇ ਜਿਮ ਰਾਕ ਕੋ ਇੰਦ ਨਿਹਾਰੀ ਜਿਸ ਤਰੀਕੇ ਦੇ ਨਾਲ ਚੰ ਪੂਰਨਮਾਸ਼ੀ ਦਾ ਚੰਦਰਮਾ ਜਿਹੜਾ ਦੁਨੀਆ ਦੇਖਦੀ ਹੈ ਮੈਂ ਚਾਹੁੰਦਾ ਸੀ ਇਉਂ ਮੇਰੇ ਪੁੱਤਰ ਦਾ ਜਸ ਦੁਨੀਆ ਦੇਖੇ ਦੇਖ ਸਰਾਹੇ ਸਭ ਨਰ ਨਾਰੀ ਦੇਖ ਕਰਕੇ ਸਭ ਲੋਕ ਜਿਹੜੇ ਨੇ ਸੋ ਸਿਫਤਾਂ ਕਰਨ ਮੇਰੇ ਪੁੱਤਰ ਦੀਆਂ ਮੇਰੀਆਂ ਇਹ ਆਸਾ ਸਨ ਤੁਹਾਡੇ ਤੇ ਰਾਹੁ ਸਰਸ ਤੂੰ ਭਾ ਘਰ ਮਾਹੀ ਪਰ ਕੀ ਕਰਾਂ ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਨੂੰ ਕਹਿੰਦੇ ਗ੍ਰਹਿਣ ਲੱਗ ਜਾਂਦਾ ਰਾਹੁ ਚੰਬੜ ਜਾਂਦਾ ਹੈ ਮੇਰੀ ਮਾਇਆ ਧਨ ਦੌਲਤ ਨਾਲ ਤੁਸੀਂ ਰਾਹੂ ਦੀ ਨਹੀਂ ਆਈ ਚੰਬੜਿਓ ਕਹਿੰਦੇ ਤੁਸੀਂ ਮੰਡੀ ਜਾਂਦੇ ਹੋ ਸਭ ਬਿਦ ਮੰਦ ਕਰਤ ਭਾਤਾ ਹੀ ਤੁਸੀਂ ਹਰ ਤਰੀਕੇ ਦੇ ਨਾਲ ਮੇਰੀ ਕੀਤੀ ਹੋਈ ਦੌਲਤ ਸਾਰੀ ਘਟਾਈ ਹੀ ਘਟਾਈ ਆ ਵਧਾਈ ਨਹੀਂ ਤੁਸਾਂ ਨੇ ਏਕ ਨਾ ਮਤ ਮਨ ਬਨਜ ਕਰਨ ਕੀ ਸੋ ਤੁਹਾਨੂੰ ਇੱਕ ਵੀ ਅਕਲ ਨਹੀਂ ਆਈ ਹੈ ਵਪਾਰ ਕਰਨ ਦੀ ਖੱਤਰੀਆਂ ਦੇ ਪੁੱਤਰ ਹਾਂ ਵਪਾਰੀ ਲੋਕ ਹਾਂ ਤੋ ਇਸ ਪ੍ਰਕਾਰ ਤੈਨੂੰ ਵਪਾਰ ਕਰਨ ਦੀ ਇੱਕ ਵੀ ਅਕਲ ਨਹੀਂ ਆਈ ਹੈ ਬਹੁਰ ਨਾ ਖੱਤਰੀ ਰੀਤ ਬਰ ਕੀ ਦੇਖ ਫਿਰ ਤੁਹਾਨੂੰ ਇਹ ਖੱਤਰੀਆਂ ਦੇ ਵੰਸ ਦੀ ਜਣੀ ਨਾ ਇਹ ਕੋਈ ਮਰਜ਼ਾਦਾ ਨਹੀਂ ਆਹੀ ਭਈ ਗੁਰੂ ਪਾਸ਼ਾ ਸਾਰੀ ਦੁਨੀਆ ਦੇ ਸਾਹੇ ਖੱਤਰੀਆਂ ਦੇ ਕਿਵੇਂ ਬਣ ਜਾਣ ਹਾਰਿਓ ਅਨਕ ਬਿੱਦਨ ਮਤ ਦੇ ਤੂੰ ਮੈਂ ਤਾਂ ਤੁਹਾਨੂੰ ਸਿੱਖਿਆ ਦੇ ਦੇ ਕਿ ਮਤ ਦੇ ਦੇ ਕਿ ਮੈਂ ਤੇ ਹਾਰ ਚੁੱਕਾ ਹਾਂ ਹੁਣ ਮੇਰੀ ਕੋਈ ਪੇਸ਼ ਨਹੀਂ ਜਾਂਦੀ ਮੈਂ ਕਿੰਦਾ ਸਮਝਾਵਾਂ ਧਨ ਕਮਾਉਣ ਦੀ ਜਾਂਚ ਦੱਸਾਂ ਕਬਹੇ ਕਮਾਏ ਨਾ ਲਿਆਏ ਨਕੇ ਤੂੰ ਕਦੇ ਵੀ ਕੋਈ ਕਮਾਈ ਖੱਟ ਕੇ ਧਨ ਕਮਾ ਕੇ ਘਰ ਜ ਨਹੀਂ ਲਿਆਂਦਾ ਤਸਾ ਜਨਕ ਬਚਨ ਤੂੰ ਸੁਨ ਕਰ ਸੁਨੀਆਂ ਮੇਰੇ ਧਨ ਗੁਰੂ ਪਾਤਸ਼ਾ ਸੋ ਸਮਰੱਥ ਨੇ ਪਿਤਾ ਜੀ ਦੇ ਬਚਨ ਬੋੜੇ ਚੁੱਪ ਕਰਕੇ ਆਰਾਮ ਨਾਲ ਸੁਣ ਲੈ ਸਤਿਗੁਰਾਂ ਨੇ ਸਾਰੇ ਜਿਉ ਅਡੋਲ ਬੈਠੇ ਵੱਡ ਮੁਨੀਆਂ ਜਿਵੇਂ ਕੋ ਵੱਡਾ ਮੁਨੀਸ਼ਵਰ Muni ਸਮਾਧੀ ਲਾਕੇ ਬੈਠਾ ਹੋਵੇ ਸਾਰੀਆਂ ਗੱਲਾਂ ਪਿਤਾ ਜੀ ਦੀਆਂ ਸੁਣ ਲਈਆਂ ਨੇ ਬਹੁਤ ਵਿਦ ਕੀ ਕਹਿ ਗिरा ਕਠੋਰਾ ਬਹੁਤ ਤਰੀਕਿਆਂ ਨਾਲ ਕਈ ਕਰਨੇ ਬਚਨ ਵੀ ਗੁਰੂ ਨਾਨਕ ਸਾਹਿਬ ਨੂੰ ਕਹੇ ਨੇ ਪਿਤਾ ਜੀ ਨੇ ਤੂੰ ਸਨ ਭਾ ਜਿਸ ਰੋਸ ਨਾ ਥੋਰਾ ਤੋ ਕਹਿੰਦੇ ਥੋੜਾ ਗੁੱਸਾ ਤਾਂ ਹੈ ਨਹੀਂ ਪਰ ਹੱਦ ਹੁੰਦੀ ਹੈ ਜੋ ਕੁਝ ਕਹਿਣਾ ਸੀ ਕਹਿ ਕਰਕੇ ਸਭ ਕੁਝ ਕਾ ਕੇ ਪਿਤਾ ਜੀ ਜਦੋਂ ਚੁੱਪ ਕਰ ਗਏ ਘਟ ਕਾ ਜੁਗਲ ਬਿਤਤੀ ਜਬ ਹੀ ਤੇ ਗੁਰੂ ਪਾਤਸ਼ਾਹ ਜੀ ਦੋ ਘੜੀਆਂ ਦਾ ਸਮਾਂ ਜਦੋਂ ਹੋਰ ਗੁਜ਼ਰ ਗਿਆ ਪਿਤਾ ਜੀ ਸਭ ਕੁਝ ਕਹਿ ਕੇ ਚੁੱਪ ਕਰਨਗੇ ਦੋ ਘੜੀਆਂ ਦਾ ਸਮਾਂ ਜਦੋਂ ਹੋਰ ਗੁਜ਼ਰਿਆ ਤਾਂ ਤਪਤ ਰਦਾ ਸੀਤਲ ਭਾ ਤਬ ਹੀ ਜਦੋਂ ਦੇਖਿਆ ਵੀ ਪਿਤਾ ਜੀ ਦਾ ਮਨ ਹੁਣ ਸ਼ਾਂਤ ਹੋ ਗਿਆ ਹੁਣ ਕਰੋਧ ਜਿਹੜਾ ਨਿਵਰਤ ਹੋ ਗਿਆ ਇਉਂ ਜਾਣ ਕੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਬੋਹਰ ਬੋਲੇ ਬੋਲ ਅਮੋਲ ਫਿਰ ਅਮੋਲਕ ਬਚਨ ਬੋਲੇ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਜਨ ਕਾਲੂ ਸੁਖ ਕੁਲ ਫਹਿ ਖੋਲਾ ਮਨੂ ਗੁਰੂ ਨਾਨਕ ਸਾਹਿਬ ਨੇ ਬਚਨ ਇਉਂ ਬੋਲੇ ਜਿਸ ਤਰੀਕੇ ਨਾਲ ਸੋ ਪਿਤਾ ਜੀ ਦੇ ਸਾਰੇ ਹੀ ਜਿਹੜੇ ਮਨ ਦੇ ਫੋਨੇ ਉਹਨਾਂ ਦਾ ਜਿੰਦਰਾ ਹੀ ਖੋਲ ਦਿੱਤਾ ਐਸੇ ਬਚਨ ਬੋਲੇ ਅਮੋਲਕ ਬਖਸ਼ ਖਤਾ ਪਿਤ ਪਾਸਲ ਕੇਰੀ ਪਿਤਾ ਜੀ ਜਿਹੜੀਆਂ ਕਹਿੰਦੇ ਹੋ ਨਾ ਤੁਸੀਂ ਪਿੱਛੇ ਗਲਤੀਆਂ ਕੀਤੀਆਂ ਮੈਨੂੰ ਮaaf ਕਰ ਦਿਓ ਮੇਰੀਆਂ ਗਲਤੀਆਂ ਤੁਸੀਂ ਭੁੱਲਾ ਮaaf ਕਰੋ ਜੀ ਨਹੀਂ ਬਗਾਰੋਂ ਕਾਰਜ ਫੇਰੀ ਤੇ ਕਿਰਪਾ ਕਰੋ ਹੁਣ ਅੱਗੋਂ ਵਾਸਤੇ ਮੈਂ ਤੁਹਾਡਾ ਕੋਈ ਕੰਮ ਨਹੀਂ ਵਿਗਾੜੂਗਾ ਜਿਉਂ ਰਾਵਰ ਕੀ ਹੋਏ ਰਜਾਈ ਜਿਸ ਤਰ੍ਹਾਂ ਮਹਾਰਾਜ ਤੁਹਾਡੀ ਰਜਾ ਹੁਕਮ ਹੋਵੇਗਾ ਪਿਤਾ ਜੀ ਤਿਉ ਮੈਂ ਕਰ ਹੂੰ ਪ੍ਰੀਤ ਲਗਾਈ ਮੈਂ ਉਸੇ ਤਰ੍ਹਾਂ ਹੀ ਬਣਾ ਪ੍ਰੇਮ ਲਾ ਕਰਕੇ ਉਸੇ ਤਰ੍ਹਾਂ ਕਰੂੰ ਪਿਤਾ ਜੀ ਪਿਛਲੀਆਂ ਭੁੱਲਾਂ ਤੁਸੀਂ ਮਾਫ਼ ਕਰ ਦਿਓ ਹੁਣ ਅੱਗੇ ਦੱਸੋ ਓਵੇਂ ਕਰੂੰਗਾ ਜਿਵੇਂ ਤੁਸੀਂ ਆਗਿਆ ਕਰੋਗੇ ਮੇਰੇ ਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਮਖਸ਼ੰਦ ਪਿਤਾ ਹਨ ਜਗਤ ਤਾਰਕ ਹਨ ਹੁਣ ਫਿਕਰ ਸਾਰੀ ਦੁਨੀਆ ਨੂੰ ਤਾਰਨ ਦਾ ਹੈ ਇਦਨ ਹੁਣ ਮਾਤਾ ਪਿਤਾ ਨੇ ਵੀ ਪਤਾ ਨਹੀਂ ਕਿੰਨੇ ਜਨਮਾਂ ਦੀ ਭਗਤੀ ਕਰ ਕਰਕੇ ਅਰਦਾਸਾਂ ਕਰ ਕਰਕੇ ਕਿ हे ਪਰਮੇਸ਼ਰ ਸਾਡੇ ਘਰ ਚ ਪੁੱਤਰ ਬਣ ਕੇ ਆਓ ਤੁਹਾਡੀ ਸੇਵਾ ਕਰੀਂ ਹੁਣ ਗੁਰੂ ਪਾਤਸ਼ਾਹੀ ਸਾਰੇ ਪਖ ਪੂਰਨ ਰੱਖ ਰਹੇ ਨੇ ਧੰਨ ਗੁਰੂ ਨਾਨਕ ਪਾਤਸ਼ਾਹੀ ਜੀ ਜਿਸ ਤਰ੍ਹਾਂ ਪਿਤਾ ਜੀ ਦੀ ਆਗਿਆ ਮੰਨ ਕੇ ਜੋ ਵੀ ਇਸ ਪ੍ਰਕਾਰ ਸੋ ਮਹਾਰਾਜ ਸੱਚੇ ਪਾਤਸ਼ਾਹ ਕੌਤਕ ਵਰਤਾਉਂਦੇ ਨੇ ਸਮਾਂ ਅਜਾਜ਼ਤ ਨਹੀਂ ਦੇਂਦਾ ਕਿ ਅਸੀਂ ਅੱਗੇ ਗੁਰੂ ਪਾਤਸ਼ਾਹ ਦਾ ਹੋਰ ਜਸ ਇਸ ਸਮੇਂ ਚ ਸੁਣੀਏ ਗੁਰੂ ਕਿਰਪਾ ਕਰਨ ਅਗਲੇ ਸਮੇਂ ਵਿੱਚ ਸਤਿਗੁਰੂ ਪਾਤਸ਼ਾਹ ਆਪਣਾ ਜਸ ਵਰਤਾਉਣਗੇ ਗੁਰੂ ਦੀਆਂ ਬਰਕਤਾਂ ਬਖਸ਼ੀਆਂ ਮਿਲਣਗੀਆਂ ਧੰਨ ਸ਼ਾਨ ਸ਼ਾਹ ਪਤਾ ਸਾਹਿਬ ਗੁਰੂ ਨਾਨਕ ਪਾਤਸ਼ਾਹੀ ਦਾ ਵੈਦ ਪ੍ਰਤੀ ਉਪਦੇਸ਼ ਜੋ ਹੈ ਸਾਡੇ ਹਿਰਦੇ ਚ ਵਸੇ ਜਿਸ ਦੇ ਤਾਰ ਨਹੀਂ ਹੋ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਘਾਟ ਪਰ ਆਪੇ ਮੇਲੇ ਦੀ ਬਰਤਾਂ ਦੇ ਪਾਤਰ ਬਣੀਏ ਭੁੱਲਾ ਚੁੱਕਾ ਦੀ ਖਿਮਾ ਬਖਸ਼ਣੀ ਦੇਹੋ ਸੱਜਣਾ ਅਸੀਸਣੀਆਂ ਜੋ ਹਵੇ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ ਬਖਸ਼ ਖਤਾ ਪਿਤ ਪਾਸਲ ਕੇਰੀ ਨਹੀਂ ਬਿਗਾਰੋਂ ਕਾਰਜ ਫੇਰੀ ਜਿਉਂ 라ਵਰ ਕੀ ਹੋਏ ਰਜਾਈ ਤਿਉ ਮੈਂ ਕਰ ਹੂੰ ਪ੍ਰੀਤ ਲਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ